ਨਿਮਲ ਤੁਸੀਂ ਮੇਰੇ ਚ ਕੀ ਦੇਖਿਆ ਹੈ ਵੀ ਤੁਸੀਂ ਹਨਾ ਵੀ ਆਪ ਤੋਂ ਇੰਨੇ ਸੋਹਣੇ ਕਹਿਣਗੇ ਉਹੀ ਤਾਂ ਤੈਨੂੰ ਪਤਾ ਨਹੀਂ ਮੈਂ ਤੇਰੇ ਚ ਕੀ ਦੇਖਿਆ ਉਹੀ ਤੈਨੂੰ ਪਤਾ ਨਹੀਂ ਲੱਗਦਾ ਮੈਂ ਤੇਰੇ ਚ ਕੀ ਦੇਖਿਆ ਕਹਿਣਗੇ ਤੂੰ ਤਾਂ ਮੇਰੀ ਜ਼ਿੰਦਗੀ ਆ ਕਮਲੀਏ ਇਦਾਂ ਕਰੀ ਜਾਂਦੇ ਆ ਸੋਸ਼ਲ ਮੀਡੀਆ ਤੇ ਕਾਫੀ ਸੁਣਨ ਨੂੰ ਮਿਲੇ ਵੀ ਤੂੰ ਕੀ ਲੱਭ ਲੈ ਮੈਂ ਕਿਹਾ ਵੀਰੇ ਮੈਂ ਸਿਰਾ ਲੱਭਿਆ ਜੋ ਵੀ ਲੱਭਿਆ ਅੱਜ ਮੈਂ ਬਹੁਤ ਵਧੀਆ ਜਿਵੇਂ ਵੀ ਆਪਦੀ ਤਕਦੀਰ ਤੇ ਜਦੋਂ ਲੋਕ ਕਹਿੰਦੇ ਆ ਕਿ ਵੈਸੇ ਮੈਨੂੰ ਬੁਰਾ ਤਾਂ ਨਹੀਂ ਲੱਗਦਾ ਸੀ ਬਟ ਕਦੇ ਕਦੇ ਕੋਈ ਕਮੈਂਟ ਇੰਨਾ ਗੰਦਾ ਹੁੰਦਾ ਸੀ ਉਦੋਂ ਜ਼ਰੂਰ ਬੁਰਾ ਲੱਗਦਾ ਹੁੰਦਾ ਸੀਗਾ ਵੀ ਹਾਂ ਇੰਨਾ ਬੁਰਾ ਕਮੈਂਟ ਕਰਦੇ ਆ ਵੀ ਲੋਕਾਂ ਦੇ ਆਪਦੇ ਵੀ ਘਰੇ ਹੁੰਦੇ ਆ ਹਨਾ ਕਰਦੇ ਤਾਂ ਕਦੇ ਕਦੇ ਬੁਰਾ ਲੱਗਦਾ ਹੁੰਦਾ ਸੀ ਬਟ ਨਹੀਂ ਏਦਾਂ ਸਮਝ ਲਓ ਕਿ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਰਹਿ ਗਿਆ ਵੀ ਏਦਾਂ ਹੀ ਫਰੋਲੀ ਆਣਗੇ ਕੌਣ ਸੋਹਣਾ ਕੌਣ ਨਹੀਂ ਸੋਹਣਾ ਕੌਣ ਸੋਹਣਾ ਕੌਣ ਨਹੀਂ ਸਾਰਾ ਦਿਨ ਲੋਕ ਆਹੀ ਫਾਈਂਡ ਆਊਟ ਕਰਦੇ ਰਹਿੰਦੇ ਇੰਸਟਾਗ੍ਰਾਮ ਤੇ ਬੈਠੇ ਰੀਲਾਂ 'ਚ ਉਹਨਾਂ ਨੇ ਆ ਨਹੀਂ ਦੇਖਣਾ ਵੀ ਅੱਜ ਕੱਲ੍ਹ ਦੀ ਦੁਨੀਆ 'ਚ ਅਸੀਂ ਵੀ ਇੰਜੋਏ ਕਰੀਏ ਜੇ ਲੋਕ ਕਰ ਰਹੇ ਤਾਂ ਅਸੀਂ ਵੀ ਇੰਜੋਏ ਕਰੀਏ ਇਹ ਚੀਜ਼ ਬਹੁਤ ਔਡ ਜੀ ਲੱਗਦੀ ਹੈ ਵੀ ਲੋਕਾਂ 'ਚ ਮੈਂਟੈਲਿਟੀ ਇਦਾਂ ਲੱਗਦਾ ਖਤਮ ਹੀ ਹੋ ਗਈ ਹੈ ਜਮਾ ਇਹ ਜਮਾ ਸਿਰਾ ਜੁੜੀ ਗਈ ਮੈਂ ਕਹਿੰਦਾ ਆਪਾਂ ਨੂੰ ਚਾਹੇ ਲੋਕ ਲਾਈਕ ਕਰਨ ਚਾਹੇ ਨਾ ਲਾਈਕ ਕਰਨ ਪਰ ਆਪਾਂ ਵੈਸੇ ਵੀ ਜੇ ਦੇਖਿਆ ਜਾਵੇ ਤਾਂ ਹਰੇਕ ਨੂੰ ਲੋਕ ਜੱਜ ਕਰਦੇ ਕਰਦੇ ਆ ਚਾਹੇ ਉਹ ਕੋਈ ਵੀ ਹੈ ਆਪਾਂ ਦੇਖਿਆ ਜਾਵੇ ਤਾਂ ਓਏ ਮੈਂ ਤਾਂ ਜੀ ਇੱਕੋ ਹੀ ਗੱਲ ਕਰਨਾ ਮੈਂ ਤਾਂ ਮੇਰੇ ਨਾਲ ਖੜੇ ਰਹੇ ਆ ਇਹ ਮੈਂ ਇਹਨਾਂ ਨੂੰ ਇੱਕੋ ਗੱਲ ਵੀ ਜਿੰਨਾ ਟਾਈਮ ਮੈਂ ਖੜਾ ਤੈਨੂੰ ਕੁਝ ਕਹਿ ਜੀ ਮੈਂ ਕੋਈ ਕੁਝ ਨਹੀਂ ਕਹਿ ਸਕਦਾ ਨਾ ਮੇਰੀ ਫੈਮਿਲੀ ਚੋਂ ਕੋਈ ਕੁਝ ਕਹੇ ਤੁਹਾਨੂੰ ਜੇ ਸਾਹਮਣੇ ਵਾਲਾ ਬੰਦਾ ਉਹ ਸਾਨੂੰ ਬੋਲ ਰਿਹਾ ਸੀ ਤੈਨੂੰ ਨਹੀਂ ਜਾਣਦੇ ਸੌਰੀ ਇਸ ਗੱਲ ਦੀ ਮੈਂ ਖੁਦ ਪ੍ਰੇਸ ਕਰਦੀ ਆ ਇੰਨੀ ਸਪੋਰਟ ਕਰਦੇ ਮੈਨੂੰ ਇਹ ਇੰਨੀ ਕੁ ਜ਼ਿਆਦਾ ਸਪੋਰਟ ਕਰਦੇ ਜਿੱਥੇ ਮੈਂ ਕਹੂੰਗੀ ਵੀ ਆ ਕੰਮ ਨਹੀਂ ਕਰਨਾ ਉੱਥੇ ਕਹਿਣਗੇ ਤੂੰ ਕਰ ਮੈਂ ਖੜਾ ਤੂੰ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਪਲੀਜ਼ ਆਪਦਾ ਥੋੜਾ ਜਿਹਾ ਦਿਮਾਗ ਯੂਜ਼ ਕਰਕੇ ਕਮੈਂਟ ਕਰਿਆ ਕਰੋ ਜੇ ਆਪਾਂ ਉਹਨੂੰ ਗੁੱਸੇ ਨਾਲ ਨਹੀਂ ਕਹਿ ਰਹੇ ਆਪਾਂ ਉਹਨੂੰ ਪਿਆਰ ਨਾਲ ਕਹਿ ਰਹੇ ਹਾਂ ਪਤਾ ਨਹੀਂ ਕਿਉਂ ਦੁਨੀਆ ਸਾਡੇ ਹੀ ਮਗਰ ਪੈ ਗਈ ਸਾਡੀ ਇੱਕ ਰੀਲ ਵਾਇਰਲ ਹੋ ਗਈ ਤਾਂ ਕਰਕੇ ਪਤਾ ਨਹੀਂ ਕਿਉਂ ਲੋਕ ਇਦਾਂ ਉਹਨਾਂ ਕੋਲ ਇੱਕ ਮੋਸਟ ਇੰਪੋਰਟੈਂਟ ਕਮੈਂਟ ਕੀ ਚੱਲ ਰਿਹਾ ਵੀ ਤੁਹਾਡੀ ਇੱਕ ਰੀਲ ਵਾਇਰਲ ਹੋ ਗਈ ਹੁਣ ਤੁਸੀਂ ਸਿਆਪਾ ਸ਼ੁਰੂ ਕਰ ਲਿਆ ਠੀਕ ਹੈ ਲੋਕਾਂ ਦੇ ਹੁਣ ਕੀ ਕਹਿ ਸਕਦੇ ਜੀ ਲੋਕ ਬੋਲਦੇ ਵੀ ਨੇ ਤਾਂ ਆਪਾਂ ਇਗਨੋਰ ਕਰ ਦਿੰਦੇ ਆਪਾਂ ਬੋਲ ਕੇ ਸਵਾਦ ਲੈ ਕੇ ਨਹੀਂ ਆਪਾਂ ਲੋਕਾਂ ਨੂੰ ਦਿਖਾ ਕੇ ਰਾਜੀ ਹਾਂ ਵੀ ਅਸੀਂ ਖੜੇ ਹਾਂ ਜੀ ਅਸੀਂ ਤਾਂ ਯਾਰ ਖੜੇ ਹਾਂ ਤੁਸੀਂ ਜੋ ਕਰਨਾ ਕਰੀ ਜੋ ਜਿਹੜਾ ਸੋਚਣ ਵਾਲਾ ਸਨੈਪਚੈਟ ਦੀ ਇਹਨਾਂ ਦੀ ਆਈਡੀ ਚੱਕੀ ਤੇ ਉਸ ਟੀਮ ਨੂੰ ਰਿਕੁਐਸਟ ਕੀਤੀ ਸਨੈਪਚੈਟ ਤੇ ਹਾਂਜੀ ਦੈਨ ਮੈਂ ਉਹਨਾਂ ਨੂੰ ਮੈਸੇਜ ਕੀਤਾ ਹਾਏ ਦਾ ਇਹਨਾਂ ਨੂੰ ਹਾਂਜੀ ਹਾਂ ਮੇਰੇ ਵੀ ਨਾਨਕੇ ਕੋਟਕਪੁਰੇ ਸੀ ਮੇਰੇ ਵੀ ਮੰਮਾ ਕੋਲ ਹੀ ਬੈਠੇ ਸੀਗੇ ਹਾਂ ਇਹਨਾਂ ਦੇ ਮੰਮਾ ਕੋਲ ਸੀ ਮੇਰੇ ਵੀ ਮੈਂ ਫੋਨ ਤੇ ਸੀਗਾ ਫਿਰ ਅਸੀਂ ਮੰਮੀ ਨੂੰ ਕੋਲ ਫੋਨ ਫੜਾਤਾ ਸੀ ਕਿ ਤੁਸੀਂ ਗੱਲ ਕਰ ਲਓ ਤੁਸੀਂ ਗੱਲ ਕਰ ਲਓ ਇਹਨਾਂ ਨੇ ਵੀ ਮੰਮਾ ਨੂੰ ਫੋਨ ਫੜਾਤਾ ਮੈਂ ਨਹੀਂ ਮੰਮਾ ਨੂੰ ਫੋਨ ਫੜਾਤਾ ਬਟ ਜੋ ਵੀ ਸੀ ਨਾ ਮਤਲਬ ਮੈਨੂੰ ਲੱਗਦਾ ਨੇਚਰ ਬਹੁਤ ਵਧੀਆ ਲੱਗਿਆ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ ਅੱਜ ਇੱਕ ਬਹੁਤ ਵੱਖਰੀ ਕਹਾਣੀ ਦਿਖਾਉਣ ਲੱਗੇ ਹਾਂ ਇੱਕ ਇਤਫਾਕ ਦੀ ਕਹਾਣੀ ਦਿਖਾਉਣ ਲੱਗੇ ਹਾਂ ਇੱਕ ਸੋਸ਼ਲ ਮੀਡੀਆ 'ਤੇ ਇੱਕ ਮੁੰਡਾ ਇੱਕ ਕੁੜੀ ਨੂੰ ਮੈਸੇਜ ਕਰਦਾ 15 ਤੋਂ 20 ਦਿਨਾਂ ਦੇ ਵਿੱਚ ਉਹ ਨੋਰਮਲ ਮੈਸੇਜ ਦੇ ਉੱਤੇ ਗੱਲਬਾਤ ਕਰਦੇ ਆ ਪਰ ਉਹ ਮੈਸੇਜਾਂ ਤੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਉਂਦਾ ਉਹ ਵੱਡਾ ਬਦਲਾਅ ਇਹ ਹੁੰਦਾ ਕਿ 15 ਤੋਂ 20 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਜਾਂਦਾ ਕਿਸ ਕਦਰ ਇਹ ਵਿਆਹ ਹੁੰਦਾ ਕੋਈ ਵੀ ਜਾਣਾ ਦੋਨਾਂ 'ਚੋਂ ਇੱਕ ਵੀ ਜਾਣਾ ਇੱਕ ਦੂਜੇ ਨੂੰ ਪ੍ਰਪੋਜ਼ ਨਹੀਂ ਕਰਦਾ ਨਾ ਇਹ ਕਹਿੰਦਾ ਕਿ ਅਸੀਂ ਰਿਲੇਸ਼ਨ 'ਚ ਆਉਣਾ ਬਾਈ ਹੋਰੀ ਇਹ ਗੱਲ ਵੀ ਦੱਸਦੇ ਆ ਕਿ ਅਸੀਂ ਇੱਕ ਦੂਜੇ ਨਾਲ ਜਦੋਂ ਨੋਰਮਲ ਗੱਲਬਾਤ ਵੀ ਕੀਤੀ ਤਾਂ ਉਦੋਂ ਵੀ ਇਹੀ ਆਖਿਆ ਕਿ ਚਲੋ ਤੁਸੀਂ ਬਾਹਰ ਜਾਣਾ ਜਾਓ ਪਰ ਜੇ 2 ਸਾਲਾਂ ਬਾਅਦ ਤੁਸੀਂ ਵਾਪਸ ਆਓਗੇ ਜੇ ਤੁਹਾਨੂੰ ਸਹੀ ਲੱਗਿਆ ਤਾਂ ਆਪਾਂ ਵਿਆਹ ਕਰਾ ਲਾਂਗੇ ਇੰਨੀ ਕੁ ਗੱਲਬਾਤ ਹੁੰਦੀ ਹੈ ਫਿਰ ਉਹ 15 ਜਾਂ 20 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਵਿਆਹ ਸੰਭਵ ਕਿਵੇਂ ਹੁੰਦਾ ਕਿਹੜੀ ਐਸੀ ਕੜੀ ਮਿਲਦੀ ਹੈ ਜਿਹੜੀ ਬਾਈ ਹੋਰਾਂ ਨੂੰ ਲੱਗਦਾ ਹੈ ਕਿ ਵਿਆਹ ਕਰਵਾ ਲੈਣਾ ਚਾਹੀਦਾ ਹੈ ਅਤੇ ਬਹੁਤ ਇਤਫਾਕ ਹੈ ਇਹ ਕਹਾਣੀ ਦੇ ਵਿੱਚ ਲੁਕਿਆ ਹੋਇਆ ਮੇਰੇ ਨਾਲ ਬਾਈ ਨਿਮਲਪਾਲ ਸਿੰਘ ਅਤੇ ਭੈਣ ਲਵਪ੍ਰੀਤ ਕੌਰ ਹੋਰੀ ਮੌਜੂਦ ਹੋਣਗੇ ਉਹਨਾਂ ਦੀਆਂ ਇੰਸਟਾਗ੍ਰਾਮ 'ਤੇ ਵੀਡੀਓਜ਼ ਵੀ ਤੁਸੀਂ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ 'ਤੇ ਅਕਸਰ ਉਹਨਾਂ ਨੂੰ ਦੇਖਦੇ ਰਹਿੰਦੇ ਹੋ ਅੱਜ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਦਿਖਾਵਾਂਗੇ ਕਿ ਕੀ ਪਿੱਛੇ ਦਾ ਸਵਾਬ ਰਹਿੰਦਾ ਇੱਕ ਬੜੀ ਖਾਸ ਗੱਲ ਹੈ ਕਾਬਲੇ ਤਾਰੀਫ ਇਹ ਗੱਲ ਆ ਕਿ ਬਾਈ ਹੋਰਾਂ ਨੇ ਭੈਣ ਹੋਰਾਂ ਦੀ ਸੂਰਤ ਨੂੰ ਨਹੀਂ ਸੀਰਤ ਨੂੰ ਪਿਆਰ ਕਰਿਆ ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਕਮੈਂਟ ਵੀ ਉਹਨਾਂ ਦੇ ਖਿਲਾਫ ਆਉਂਦੇ ਰਹਿੰਦੇ ਆ ਜਾਂ ਉਹਨਾਂ ਦੇ ਲਈ ਲੋਕ ਬਹੁਤ ਸਾਰੇ ਕਮੈਂਟਾਂ ਦੇ ਵਿੱਚ ਬੋਲਦੇ ਰਹਿੰਦੇ ਪਰ ਬਾਈ ਹੋਰਾਂ ਨੇ ਪਰਵਾਹ ਨਹੀਂ ਕਰੀ ਅੱਜ ਮੇਰੇ ਨਾਲ ਵੀਰਾਂ ਅਤੇ ਭੈਣ ਹੋਰੀ ਮੌਜੂਦ ਨੇ ਬਾਈ ਬਹੁਤ ਬਹੁਤ ਸਵਾਗਤ ਹੈ ਆਪਣੇ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਘੈਂਟ ਪੰਜਾਬੀ 'ਤੇ ਠੀਕ ਹੋ ਤੁਸੀਂ ਦੋਨੇ ਅੱਛਾ ਬਾਈ ਸਭ ਤੋਂ ਪਹਿਲਾਂ ਕੰਪਲੀਮੈਂਟ ਇਹੀ ਆ ਤੁਹਾਡੇ ਦੋਨਾਂ ਦੀ ਜੋੜੀ ਬਹੁਤ ਬਾਕਮਾਲ ਆ ਹੈ ਨਾ ਤਾਂ ਕਰਕੇ ਅੱਜ ਤੁਸੀਂ ਲੋਕ ਤੁਹਾਨੂੰ ਜਾਣਦੇ ਆ ਨਾ ਅਤੇ ਲੋਕ ਤੁਹਾਨੂੰ ਪਿਆਰ ਕਰਦੇ ਆ ਥੈਂਕ ਯੂ
अच्छा ते वीरे ते पैन सब तो पहला सवाल भाई थोनू ते इस वक्त जिंदगी किवें चल रही है इस वक्त जिंदगी जीवन दा नजारा आ रहा है पूरा अच्छा जिंदगी पूरी खुश है जी अच्छा बिल्कुल वधिया रहनी है 24 घंटे अच्छा खुश हो अपनी जिंदगी बिल्कुल खुश है जी अपने घर नाल परिवार नाल फैमिली से अच्छा बिल्कुल खुश है जी सारे परिवार वधिया ने साडे अच्छा ते सारा घर मेनू बहुत परिवार कर प्यार करदे ने अच्छा इधरों लव नू मम्मा बहुत प्यार करदे ने इतफाक लुकिया होया जिहड़े लोग इह कहिंदे आ कि किस्मत आप बनाउणी पैंदी है जिहड़े लोग इह कहिंदे आ कि रब कुछ भी है ही नहीं उहदा वजूद ही है नहीं पर इह स्टोरी च बहुत वड्डा इतफाक आ उह आपां शुरू करदे आ कि तुसीं सोचिया सीगा कि ਇਹ ਸਾਲ ਤੁਹਾਡਾ ਵਿਆਹ ਹੋ ਜਾਊਗਾ 2022 ਦੇ ਵਿੱਚ ਤੁਹਾਡਾ ਵਿਆਹ ਹੋ ਜਾਊਗਾ ਕੋਈ ਪਲਾਨ ਹੈਗਾ ਸੀ ਇਹ ਜਿਹਾ ਨਹੀਂ ਜੀ ਫਿਲਹਾਲ ਆਪਣਾ ਤਾਂ ਕੋਈ ਫੈਮਿਲੀ ਦੇ ਰਿਗਾਰਡਿੰਗ ਮੇਰਾ ਕੋਈ ਪਲਾਨ ਨਹੀਂ ਸੀਗਾ ਵੀ ਮੈਂ ਵਿਆਹ ਕਰਾਉਣਾ ਹੈ ਜੀ ਕਿਉਂਕਿ ਮੈਨੇ 2 ਸਾਲ ਪਹਿਲਾਂ ਹੀ ਮੰਮਾ ਨੂੰ ਤੇ ਡੈਡ ਨੂੰ ਮਨਾ ਕਰਤਾ ਸੀਗਾ ਜੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਹੈਗਾ ਤੇ ਬਟ ਉਸ ਦੌਰਾਨ ਸਾਡੀ ਜਿਵੇਂ ਵੀ ਗੱਲ ਹੁੰਦੀ ਹੈ ਮੇਰੇ ਤੇ ਲਵ ਦੀ ਸੋਸ਼ਲ ਮੀਡੀਆ ਤੇ ਅਸੀਂ ਮਿਲਦੇ ਹਾਂ ਤੇ ਭੈਣੇ ਤੁਹਾਡਾ ਕੋਈ ਪਲਾਨ ਹੈਗਾ ਸੀਗਾ ਕਿ ਮੇਰੀ 2022 ਦੇ ਵਿੱਚ ਮੇਰੀ ਜ਼ਿੰਦਗੀ 'ਚ ਕੋਈ ਮੁੰਡਾ ਆਊਗਾ ਸਾਡਾ ਵਿਆਹ ਹੋਊਗਾ ਕਦੇ ਸੋਚੀ ਸੀ ਇਹ ਚੀਜ਼ ਨਹੀਂ ਵੀਰੇ ਇਦਾਂ ਦਾ ਕੁਝ ਨਹੀਂ ਸੋਚਿਆ ਸੀਗਾ ਕਿਉਂਕਿ ਆਪਾਂ ਨੂੰ ਹੁੰਦਾ ਹੀ ਨਹੀਂ ਗਾ ਕਿ ਅੱਗੇ ਬਾਰੇ ਨਹੀਂ ਨਾ ਆਪਾਂ ਸੋਚ ਸਕਦੇ ਆਪਾਂ ਸਿਰਫ ਪ੍ਰੈਜ਼ੈਂਟ ਟਾਈਮ ਬਾਰੇ ਸੋਚ ਸਕਦੇ ਹਾਂ ਵੀ ਅੱਜ ਕੀ ਆਪਣੇ ਨਾਲ ਤੇ ਆਪਾਂ ਅੱਗੇ ਬਾਰੇ ਕੁਝ ਨਹੀਂ ਸੋਚਿਆ ਸੀ ਵੀ ਅੱਗੇ ਹੋਣਾ ਕੀ ਹੈ ਅੱਛਾ ਇਸ ਚੀਜ਼ ਦਾ ਮੈਨੂੰ ਕੋਈ ਨੌਲੇਜ ਨਹੀਂ ਸੀ ਅੱਛਾ ਅੱਛਾ ਤੇ ਵੀਰੇ ਬਹੁਤ ਵੱਡੀ ਕੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੋਸ਼ਲ ਮੀਡੀਆ ਦੀ ਹੈ ਹਨਾ ਜਿਹਨੇ ਤੁਹਾਨੂੰ ਮਿਲਾਇਆ ਤੇ ਉਹ ਪਿੱਛੇ ਦੀ ਪੂਰਾ ਕਿੱਸਾ ਕੀ ਹੁੰਦਾ ਕਹਾਣੀ ਕੀ ਹੁੰਦੀ ਹੈ ਕਿ ਤੁਹਾਡੇ ਸਾਹਮਣੇ ਰੀਲ ਆਉਂਦੀ ਹੈ ਕਿਵੇਂ ਹੁੰਦਾ ਉਸ ਬਾਬਾ ਉਹ ਦੱਸਿਓ ਸਾਰਾ ਕੀ ਸ਼ੁਰੂ ਤੋਂ ਕਹਾਣੀ ਬਿਲਕੁਲ ਜੀ ਬਿਲਕੁਲ ਮੈਂ ਐਕਚੁਅਲ ਚ ਨਾ ਇੰਸਟਾਗ੍ਰਾਮ ਚਲਾ ਰਿਹਾ ਸੀਗਾ ਤੇ ਇੰਸਟਾਗ੍ਰਾਮ ਦੇ ਉੱਤੇ ਮੇਰੇ ਕੋਲ ਇਹਨਾਂ ਦੀ ਰੀਲ ਆਉਂਦੀ ਹੈ ਲਵ ਸੋਨੀ ਦੇ ਨਾਮ ਤੇ ਅੱਛਾ ਸੋਨੀ ਮੀਨਸ ਸੁਨਿਆਰ ਹੈ ਕਿਉਂਕਿ ਮੈਂ ਅਸੀਂ ਵੀ ਸੁਨਿਆਰਾ ਤੇ ਵੀ ਸੁਨਿਆਰ ਨੇ ਤੇ ਮੈਂ ਇਹਨਾਂ ਦੀ ਇੰਸਟਾਗ੍ਰਾਮ ਦੀ ਪ੍ਰੋਫਾਈਲ ਦੇਖਦਾ ਉਹਨਾਂ ਦੀ ਉਸਦੀ ਇਹਨਾਂ ਦੀ ਬਾਇਓ ਦੇ ਵਿੱਚ ਇਹਨਾਂ ਦੀ ਆਈਡੀ ਪਈ ਹੁੰਦੀ ਹੈ ਸਨੈਪਚੈਟ ਦੀ ਪਹਿਲਾਂ ਤਾਂ ਇਹਨਾਂ ਦੇ ਇੰਸਟਾਗ੍ਰਾਮ ਦੇ ਫੋਲੋਅਰ ਬਹੁਤ ਜ਼ਿਆਦਾ ਸੀਗੇ ਮੈਨੂੰ ਸੀਗਾ ਵੀ ਰਿਪਲਾਈ ਆਊਗਾ ਕਿ ਨਾ ਆਊਗਾ ਮੈਨੇ ਸੋਚਿਆ 2 ਮਿੰਟ ਫਿਰ ਮੈਨੇ ਨਹੀਂ ਕੀਤਾ ਫਿਰ ਮੈਨੇ ਕੀ ਕੀਤਾ ਜਿਹੜਾ ਸੋਚਣ ਵਾਲਾ ਸਨੈਪਚੈਟ ਦੀ ਇਹਨਾਂ ਦੀ ਆਈਡੀ ਚੱਕੀ ਤੇ ਉਸ ਤੇ ਇਹਨਾਂ ਨੂੰ ਰਿਕੁਐਸਟ ਕੀਤੀ ਸਨੈਪਚੈਟ ਤੇ ਹਾਂਜੀ ਇਹਨਾਂ ਤੋਂ ਮੈਂ ਸਨੈਪਚੈਟ ਦੀ ਰਿਕੁਐਸਟ ਕੀਤੀ ਤੇ ਫਿਰ ਇਹਨਾਂ ਦਾ ਮੈਨੂੰ ਰਿਪਲਾਈ ਵੀ ਆਉਂਦਾ 2-3 ਦਿਨਾਂ ਬਾਅਦ ਅੱਛਾ ਹਾਂਜੀ ਹਾਂਜੀ ਇਹ ਸੈਪਰੇਟ ਕਰਦੇ ਆ ਹਾਂ ਇੱਥੇ ਇਹ ਗੱਲ ਹੁੰਦੀ ਆ ਬਾਈ ਮੈਂ ਥੋੜਾ ਰੋਕਣਾ ਚਾਹੂੰਗਾ ਤੁਹਾਨੂੰ ਹਨਾ ਕਿ ਅਸੀਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਮੈਸੇਜ ਕਰਦੇ ਆ ਜਾਂ ਮੁੰਡੇ ਮੈਸੇਜ ਕਰ ਦਿੰਦੇ ਆ ਉਹ ਕਰਕੇ ਭੁੱਲ ਜਾਂਦੇ ਆ ਕਿ ਕਿਸੇ ਨੂੰ ਮੈਸੇਜ ਕੀਤਾ ਸੀ ਕਿਉਂਕਿ ਜਿਹੜੇ ਮੁੰਡਿਆਂ ਦੀ ਫਿਤਰਤ ਹੁੰਦੀ ਆ ਹਨਾ ਖਾਸ ਕਰਕੇ ਜ਼ਿਆਦਾਤਰ ਦੀ ਉਹ ਇਹ ਹੁੰਦੀ ਆ ਕਿ ਕੁੜੀ ਕੋਈ ਸੋਹਣੀ ਲੱਗੀ ਤਾਂ ਉਹਨੇ ਮੈਸੇਜ ਕਰਤਾ ਹਨਾ ਤੇ ਤੁਸੀਂ ਉਹ ਮੈਸੇਜ ਕਰਕੇ 2-3 ਦਿਨਾਂ ਚ ਭੁੱਲ ਗਏ ਸੀ ਜਾਂ ਸੀ ਕਿਵੇਂ ਕਿਸੇ ਕੁੜੀ ਨੂੰ ਮੈਸੇਜ ਕੀਤਾ ਸੀ ਮੇਰੇ ਐਕਚੁਅਲ ਇਸ ਬੇਸ ਤੇ ਆ ਸੀਗਾ ਕਿਉਂਕਿ ਮੈਨੇ ਨਾ ਵੀ ਸੋਨੀ ਨੂੰ ਮੈਸੇਜ ਕੀਤਾ ਸੀ ਵੀ ਸੁਨਿਆਰ ਕਿਉਂਕਿ ਆਪਾਂ ਮੈਂ ਹੁੰਦਾ ਵੀ ਯਾਰ ਆਪਣੀ ਕਾਸਟ ਦਾ ਬੰਦਾ ਮਿਲ ਰਿਹਾ ਆਪਾਂ ਨੂੰ ਤਾਂ ਆਪਾਂ ਇੱਕ ਵਾਰ ਜ਼ਰੂਰ ਉਹਦੇ ਨਾਲ ਉਹਦੇ ਬਾਰੇ ਜਾਣੀਏ ਤੇ ਜਾਣ ਪਹਿਚਾਣ ਕਰੀਏ ਵੀ ਕੀ ਗੱਲਬਾਤ ਹੈ ਤੇ ਇਸ ਬੇਸ ਤੇ ਮੈਨੇ ਇਹਨਾਂ ਨੂੰ ਰਿਕੁਐਸਟ ਮੈਂ ਤਾਂ ਕਰਤੀ ਸੀ ਪਰ ਇਹਨਾਂ ਨੇ 2 ਦਿਨਾਂ ਬਾਅਦ ਸੈਪਰੇਟ ਕੀਤੀ ਫਿਰ ਮੈਨੂੰ ਜਦੋਂ ਪਤਾ ਲੱਗਿਆ ਵੀ ਲਵ ਸੋਨੀ ਸੈਪਰੇਟ ਯੋਰ ਰਿਕੁਐਸਟ ਤੇ ਫਿਰ ਮੈਨੂੰ ਲੱਗਿਆ ਵੀ ਹੁਣ ਆਪਾਂ ਨੂੰ ਫਿਰ ਮੈਂ ਸਿੱਧਾ ਮੈਸੇਜ ਨਹੀਂ ਕੀਤਾ ਉਸ ਤੋਂ ਬਾਅਦ ਵੀ ਮੈਨੇ ਰਾਤ ਨੂੰ ਮੈਸੇਜ ਕੀਤਾ ਕਿਉਂਕਿ ਸਾਡੀ ਸਟ੍ਰੀਕ ਸ਼ੁਰੂ ਹੋ ਗਈ ਸੀ ਇੱਕ ਅੱਧੇ ਦਿਨ ਦੀ ਅੱਛਾ ਉਸ ਤੋਂ ਬਾਅਦ ਦੈਨ ਮੈਂ ਉਹਨਾਂ ਨੂੰ ਮੈਸੇਜ ਕੀਤਾ ਹਾਏ ਦਾ ਇਹਨਾਂ ਨੂੰ ਹਾਂਜੀ ਹਾਂਜੀ ਅੱਛਾ ਤੇ ਫਿਰ ਉਹ ਜਵਾਬ ਆ ਗਿਆ ਸੀ ਹਾਂਜੀ ਇਹਨਾਂ ਦਾ ਜਵਾਬ ਆ ਗਿਆ ਸੀ ਮੇਰੇ ਕੋਲੇ ਇਹ ਵੀ ਫ੍ਰੀ ਬੈਠੇ ਸੀ ਪਤਾ ਨਹੀਂ ਗੱਲ ਕਰ ਰਹੇ ਸੀਗੇ ਇਹਨਾਂ ਨੇ ਮੈਨੂੰ ਰਿਪਲਾਈ ਕੀਤਾ ਪਰ ਰਿਪਲਾਈ ਲੇਟ ਆ ਰਿਹਾ ਸੀ ਬਹੁਤ ਜੈਨੂਇਨਲੀ ਰਿਪਲਾਈ ਆ ਰਿਹਾ ਸੀ ਮੈਨੂੰ ਐ ਲੱਗਿਆ ਵੀ ਕੁੜੀ ਸ਼ਾਇਦ ਵੀ ਬਹੁਤ ਲੇਟ ਰਿਪਲਾਈ ਕਰ ਰਹੀ ਹੈ ਵੀ ਬਹੁਤ ਸਟੈਂਡਰਡ ਵਾਲੀ ਕੁੜੀ ਲੱਗਦੀ ਹੈ ਆਪਾਂ ਸੋਚੀ ਜਾਂਦੇ ਹਾਂ ਮੁੰਡੇ ਆਪਾਂ ਤਾਂ ਜੇ ਕਿਤੇ ਕਿਸੇ ਕੁੜੀ ਨੂੰ ਮੈਸੇਜ ਕਰਨ ਦਾ ਆਨਲਾਈਨ ਬੈਠੇ ਹੁੰਦੇ ਆ ਵੀ ਰਿਪਲਾਈ ਆਊਗਾ ਆਪਾਂ ਫੱਟ ਮੈਸੇਜ ਕਰਾਂਗੇ ਬਟ ਉਹ ਚੀਜ਼ ਮੇਰੇ ਨਾਲ ਨਹੀਂ ਹੋਈ ਹੈਗੀ ਤੇ ਰਿਪਲਾਈ ਬਹੁਤ ਲੇਟ ਆ ਰਿਹਾ ਸੀ ਬਟ ਮੈਂ ਮੈਸੇਜ ਇੱਕੋ ਦਮ ਕਰ ਰਿਹਾ ਸੀਗਾ ਅੱਛਾ ਤੇ ਹਾਂਜੀ ਬਸ ਜੋ ਵੀ ਸਾਡੇ 3-4 ਉਹ 5-10 ਮੈਸੇਜ ਹੋਏ ਸੀਗੇ ਤੇ ਇਹਨਾਂ ਨੇ ਤੁਹਾਨੂੰ ਪੁੱਛਿਆ ਨਹੀਂ ਕਿ ਤੁਸੀਂ ਕੌਣ ਹੋ ਹਾਂਜੀ ਬਸ ਸਾਡੀ ਹੈਲੋ ਹੋਈ ਸੀ ਹਾਏ ਹੋਈ ਸੀਗੀ ਤੇ ਇਹਨਾਂ ਨੇ ਪੁੱਛਿਆ ਮੈਂ ਪੁੱਛਿਆ ਹਾਂਜੀ ਕਿਵੇਂ ਹੋਏ ਕਹਿੰਦੇ ਠੀਕ ਹੈ ਜੀ ਬਿਲਕੁਲ ਵਧੀਆ ਹੋਰ ਕੀ ਗੱਲ ਹੋਈ ਸੀ ਬਾਕੀ ਤੁਸੀਂ ਦੱਸ ਦਿਓ ਯਾਦ ਨਹੀਂ ਹੈਗੀ ਇਹਨਾਂ ਨੇ ਪਹਿਲੇ ਮੈਨੂੰ ਪੁੱਛਿਆ ਤੁਸੀਂ ਕੌਣ ਮੈਂ ਕਿਹਾ ਮੈਂ ਕੁੜੀ ਮੈਂ ਕਿਹਾ ਤੁਸੀਂ ਕੌਣ ਕਹਿੰਦੇ ਮੈਂ ਮੁੰਡਾ ਫਿਰ ਨਾਰਮਲ ਗੱਲ ਹੋਈ ਕਹਿੰਦੇ ਅੱਛਾ ਤੁਸੀਂ ਬਾਹਰ ਅੰਦਰ ਜਾ ਵੜਦੇ ਹੋ ਮੈਂ ਕਿਹਾ ਹਾਂਜੀ ਹਾਂਜੀ ਬਾਹਰ ਅੰਦਰ ਜਾਣ 'ਚ ਕੀ ਪ੍ਰੋਬਲਮ ਹੈ ਮੈਂ ਚੱਲ ਜਾਂਦੀ ਹਾਂ ਕਹਿੰਦੇ ਅੱਛਾ ਕਹਿੰਦੇ ਠੀਕ ਹੈ ਚੰਡੀਗੜ੍ਹ ਤੱਕ ਵੀ ਜਾ ਜਾਂਦੇ ਤੁਸੀਂ ਮੈਂ ਕਿਹਾ ਹਜੇ ਤਾਂ ਮੇਰਾ ਕੋਈ ਪਲਾਨ ਨਹੀਂਗਾ ਤੇ ਮੈਂ ਕਿਹਾ ਚਲੋ ਦੇਖਾਂਗੇ ਮੈਂ ਕਿਹਾ ਕਿਵੇਂ ਸੀ ਕਹਿੰਦੇ ਕੁਛ ਨਹੀਂ ਵੈਸੇ ਹੀ ਪੁੱਛਿਆ ਮੈਂ ਕਿਹਾ ਠੀਕ ਹੈ ਇਹਨਾਂ ਨੂੰ ਪੁੱਛਦਾ ਵੀ ਇਨ ਫਿਊਚਰ ਤੁਹਾਡਾ ਕੀ ਪਲਾਨ ਹੈ ਇਹ ਸ਼ੁਰੂਆਤ ਦੀ ਗੱਲ ਹੈ ਇਹ ਸ਼ੁਰੂਆਤ ਦੀ ਗੱਲ ਹੈ ਸਾਡੀ ਸੀਨੀਅਰ ਗੱਲਾਂ ਹੀ ਸਟਾਰਟ ਹੋਈਆਂ ਸੀ ਫਿਰ ਮੈਂ ਕਿਹਾ ਇਨ ਫਿਊਚਰ ਤੁਹਾਡਾ ਕੀ ਪਲਾਨ ਹੈ ਇਹ ਕਹਿੰਦੇ ਵੀ ਅਸੀਂ ਜੀ ਮੈਂ ਤਾਂ ਵੀ ਆਇਲਸ ਕੀਤੀ ਹੋਈ ਹੈ ਮੈਂ ਕਿਹਾ ਮੇਰੇ ਮਨ 'ਚ ਬਹੁਤ ਵਧੀਆ
ਮਾਈਂਡ ਗਿਆ ਮੈਂ ਨਹੀਂ ਐ ਨਹੀਂ ਸੋਚਿਆ ਸੀਗਾ ਵੀ ਲੈ ਵੀ ਕੁੜੀ ਨੇ ਐਲਸ ਕੀਤੇ ਆਪਾਂ ਵੀ ਜਾਵਾਂਗੇ ਨਾ ਮੇਰੇ ਮਨ 'ਚ ਇਹ ਥੋੜ੍ਹ ਨਹੀਂ ਗਈ ਮੈਂ ਕਿਹਾ ਮੇਰੇ ਮਨ 'ਚ ਥੋੜ੍ਹ ਪਹਿਲਾਂ ਇਹ ਗਈ ਵੀ ਕੁੜੀ ਸਕਸੈਸ ਹੋ ਜੂਗੀ ਜ਼ਿੰਦਗੀ 'ਚ ਐਲਸ ਕੀਤੀ ਹੈ ਵਧੀਆ ਉਹਨੇ ਵਧੀਆ 2 ਸਾਲਾਂ ਨੂੰ ਬਾਹਰ ਵਗ ਜੂਗੀ 2 ਸਾਲਾਂ ਬਾਅਦ ਜੇ ਵਧੀਆ ਕੁੜੀ ਸੈੱਟ ਰਹੀ ਤਾਂ ਆਪਾਂ ਵੀ ਕਰਾਵਾਂਗੇ ਮੇਰੀ ਇਹ ਥੋੜ੍ਹ ਸੀਗੀ ਪਹਿਲੇ ਦਿਨ ਖਿਆਲ ਆ ਗਿਆ ਪਹਿਲੇ ਵੀ ਨਹੀਂ ਸੇਮ ਇਹਨਾਂ ਨੇ ਆਪਣੇ ਫਰੈਂਡ ਨੂੰ ਵੀ ਇਹੀ ਕਿਹਾ ਸੀ ਮੈਂ ਆਪਣੇ ਫਰੈਂਡ ਨੂੰ ਵੀ ਇਹੀ ਗੱਲ ਕੀਤੀ ਸੀ ਮੈਂ ਕਿਹਾ ਯਾਰ ਕੁੜੀ ਐਕਚੁਅਲ ਐਲਸ ਕੀਤੀ ਹੋਈ ਉਹਨੇ ਤੇ ਮੈਂ ਕਿਹਾ ਜੇ ਸਪੋਜ਼ ਉਹ ਵਧੀਆ ਬਾਹਰ ਜਾ ਕੇ ਰਹਿੰਦੀ ਹੈ ਵਾ ਕਿ ਤੁਹਾਨੂੰ ਆਪਾਂ ਦੇਖ ਰਹੀਆਂ ਕੁੜੀਆਂ ਬਾਹਰ ਜਾ ਕੇ ਚੇਂਜ ਹੋ ਜਾਂਦੀਆਂ ਨੇ ਤੇ ਵੀ ਜੇ ਮੈਂ ਕਿਹਾ ਉਹ 2 ਸਾਲ ਵਧੀਆ ਰਹਿੰਦੀ ਆਪਾਂ ਰੁੱਕ ਕੇ ਵਿਆਹ ਕਰਾਣੇ ਆ ਜਰਾ ਦੋਸਤ ਨੂੰ ਕਹਿਤਾ ਹੈ ਹਾਂ ਮੈਂ ਆਪਣੇ ਫਰੈਂਡ ਨੂੰ ਕਿਹਾ ਸੀਗਾ ਕੋਲੇ ਬੈਠਾ ਸੀ ਜਾਂ ਅਗਲੇ ਦਿਨ ਨਹੀਂ ਐਕਚੁਅਲ ਉਸੇ ਦਿਨ ਨਹੀਂ ਨਾ ਅਗਲੇ ਦਿਨ ਦੀ ਗੱਲ ਹੈ ਤਾਂ ਅੱਛਾ ਹਾਂ ਇਹ ਉਹ ਇੱਕ ਦਿਨ ਚ ਨਹੀਂ ਗੱਲਾਂ ਹੋਈਆਂ ਇਹ ਇੱਕ ਡੇ ਬਾਈ ਡੇ ਗੱਲਾਂ ਹੋਈਆਂ ਥੋੜੀਆਂ ਥੋੜੀਆਂ ਅੱਛਾ ਤੇ ਮੈਂ ਮੇਰਾ ਮਨ ਚ ਇਹੀ ਗਿਆ ਸੀ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕੀ ਕੀਤਾ ਇਹਨਾਂ ਨੇ ਕਿਹਾ ਆਸ ਕੀਤੀ ਹੋਈ ਹੈ ਮੈਂ ਕਿਹਾ ਚਲੋ ਬਹੁਤ ਵਧੀਆ ਗੱਲ ਮੈਂ ਤਾਂ ਇਹਨਾਂ ਨੂੰ ਇਹੀ ਕਿਹਾ ਸੀਗਾ ਅੱਛਾ ਤੇ ਭੈਣੇ ਮੇਰਾ ਸਵਾਲ ਆ ਅੱਛਾ ਤੇ ਭੈਣੇ ਇੱਕ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਕੁੜੀਆਂ ਲਈ ਤਾਂ ਖਾਸ ਕਰਕੇ ਬਹੁਤ ਸਾਰੇ ਮੈਸੇਜ ਆਉਂਦੇ ਹੁੰਦੇ ਆ ਚਾਹੇ ਇੰਸਟਾਗ੍ਰਾਮ ਹੋਵੇ ਸੋਸ਼ਲ ਮੀਡੀਆ 'ਤੇ ਕੋਈ ਵੀ ਅਕਾਊਂਟ ਹੋਵੇ ਉਹ ਭਰਿਆ ਹੁੰਦਾ ਬਹੁਤ ਸਾਰੇ ਲੋਕ ਉਹਨੂੰ ਮੈਸੇਜ ਕਰਦੇ ਹੁੰਦੇ ਆ ਪਰ ਕੁੜੀਆਂ ਦੇ ਹੱਥ ਹੁੰਦਾ ਕਿਹਨੂੰ ਜਵਾਬ ਦੇਣਾ ਕਿਹਨੂੰ ਨਹੀਂ ਦੇਣਾ ਹੈ ਨਾ ਪਰ ਇਹ ਸਬੱਬ ਕਿਵੇਂ ਬਣਦਾ ਕਿ ਤੁਸੀਂ ਮੈਸੇਜ ਦਾ ਰਿਪਲਾਈ ਕਰਨਾ ਇਹਨਾਂ ਨੂੰ ਹੀ ਸੋਚਦੇ ਹੋ ਕਿ ਇਹਨਾਂ ਦੇ ਮੈਸੇਜ ਦਾ ਰਿਪਲਾਈ ਕਰ ਦਿੱਤਾ ਜਾਵੇ ਮੈਸੇਜ ਤਾਂ ਤੁਹਾਡੇ ਕੋਲ ਹੋਰ ਵੀ ਬਹੁਤ ਜ਼ਿਆਦਾ ਆਉਂਦੇ ਹੋਣ ਹਾਂਜੀ ਕਾਫੀ ਸਾਰੇ ਮੈਸੇਜਸ ਮੇਰੇ ਇੰਸਟਾਗ੍ਰਾਮ ਡੀਐਮ 'ਚ ਪਏ ਹੁੰਦੇ ਆ ਬਟ ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰਦੀ ਚਲਦੀ ਕਿਤੇ ਜਿੰਨੇ ਚਿਕਰ ਆਪਾਂ ਜਾਣਦੇ ਨਾ ਹੋਈਏ ਆਪਾਂ ਵੈਸੇ ਅਣਜਾਣ ਨਾਲ ਘੱਟ ਗੱਲ ਕਰਦੇ ਹੁੰਦੇ ਆ ਬਟ ਇਹਨਾਂ ਦੇ ਜਿੱਦਾਂ ਹੀ ਸਨੈਪਚੈਟ 'ਤੇ ਮੈਸੇਜ ਆਏ ਨਾ ਪਹਿਲਾਂ ਤਾਂ ਮੇਰੇ ਦਿਲ 'ਚ ਇੱਦਾਂ ਹੋਇਆ ਮੈਂ ਕਿਹਾ ਵੀ ਸਿੱਧਾ ਸਨੈਪਚੈਟ 'ਤੇ ਡਾਇਰੈਕਟ ਕੌਣ ਆ ਗਿਆ ਤੇ ਸੈਕਿੰਡ ਥਿੰਕ ਕਿ ਇਹਨਾਂ ਦੇ ਨਾਮ ਦੇ ਨਾਲ ਮਸੌਨ ਲਿਖਿਆ ਹੋਇਆ ਸੀਗਾ ਤੇ ਫਿਰ ਮੈਨੂੰ ਇੱਦਾਂ ਹੋਇਆ ਮੈਂ ਕਿਹਾ ਯਾਰ ਹੈ ਤਾਂ ਸੁਨਿਆਰੀ ਚਲੋ ਮੈਂ ਕਿਹਾ ਵੀ ਸੁਨਿਆਰੀ ਹੈ ਤਾਂ ਮੈਂ ਕਿਹਾ ਗੱਲ ਕਰਕੇ ਦੇਖ ਲੈਂਦੇ ਹਾਂ ਕੋਈ ਰਿਲੇਟਿਵ ਨਾ ਹੋਵੇ ਜਾਂ ਮੈਂ ਕਿਹਾ ਕੋਈ ਨੋਨ ਹੋਊਗਾ ਵੀ ਇੱਦਾਂ ਤੇ ਇੱਦਾਂ ਕੋਈ ਮੈਸੇਜ ਨਹੀਂ ਕਰਦਾ ਡਾਇਰੈਕਟ ਸਨੈਪਚੈਟ ਤੇ ਉਹ ਵੀ ਬਾਏ ਸਰਚ ਲਿਖਿਆ ਆ ਰਿਹਾ ਸੀ ਥੱਲੇ ਆਈਡੀ ਦੇ ਥੱਲੇ ਵੀ ਬਾਏ ਸਰਚ ਲਿਖਿਆ ਆ ਰਿਹਾ ਸੀ ਸਰਚ ਮਾਰ ਕੇ ਆਈਡੀ ਕੱਢੀ ਹੋਈ ਆ ਤੇ ਜਿੱਦਾਂ ਹੀ ਮੈਂ ਐਕਸੈਪਟ ਕਰਦੀ ਹਾਂ ਮੈਂ ਕਿਹਾ ਚਲੋ ਦੇਖ ਲੈਂਦੇ ਹਾਂ ਫਿਰ ਮੈਂ ਸਟ੍ਰੀਕ ਸ਼ੇਅਰ ਕਰਦੀ ਹਾਂ ਕਿਉਂਕਿ ਮੈਂ ਹਜੇ ਗੱਲ ਕਰਨਾ ਮੈਂ ਸੋਚਦੀ ਸੀ ਵੀ ਦੇਖਾਂਗੇ ਗੱਲ ਹੁੰਦੀ ਹੈ ਜਾਂ ਨਹੀਂ ਕਿਉਂਕਿ ਮੈਨੂੰ ਵੀ ਇੱਦਾਂ ਸੀਗਾ ਵੀ ਦੇਖ ਲਾਂਗੇ ਕੌਣ ਹੈ ਕੌਣ ਨਹੀਂ ਜਿਵੇਂ ਉਡੀਕ ਤਾਂ ਆਪਾਂ ਨੂੰ ਹੁੰਦੀ ਹੈ ਜਦੋਂ ਆਪਾਂ ਨੂੰ ਕਿਸੇ ਨੋਨ ਪਰਸਨ ਨੂੰ ਦੇਖ ਲੈਂਦੇ ਹਾਂ ਤਾਂ ਹਾਂ ਵੀ ਜਾਣਨ ਦੀ ਇਹ ਹੁੰਦੀ ਹੈ ਵੀ ਇਹ ਬੰਦਾ ਹੈ ਕੌਣ ਹਨਾ ਹੈ ਕੌਣ ਹਾਂਜੀ ਇਹ ਚੀਜ਼ ਮੈਨੂੰ ਵੀ ਸੀਗੀ ਬਟ ਫਰਸਟ ਦੇ ਡੇ ਤੋਂ ਸਟ੍ਰੀਕ ਵੀ ਮੈਂ ਹੀ ਸਟਾਰਟ ਕੀਤੀ ਸੀ ਅੱਛਾ ਸਟ੍ਰੀਕ ਪਹਿਲਾਂ ਮੈਂ ਹੀ ਸੈਂਡ ਕੀਤੀ ਸੀਗੀ ਗੱਲ ਕਰਨ ਦਾ ਮੈਨੂੰ ਇੰਨਾ ਹੈ ਨਹੀਂ ਸੀ ਬਟ ਮੈਂ ਸਟ੍ਰੀਕ ਸਟਾਰਟ ਕਰਤੀ ਸੀ ਅੱਗੋਂ ਇਹਨਾਂ ਦੀ ਵੀ ਸਟ੍ਰੀਕ ਬੈਕ ਵਾਪਸ ਹੀ ਆਈ ਸੀਗੀ ਤੇ ਫਿਰ ਇਹਦੇ 'ਚ ਇੰਟਰਸਟ ਬਣ ਗਿਆ ਵੀ ਚਲੋ ਠੀਕ ਹੈ 2 ਦਿਨ ਸਾਡੀ ਸਟ੍ਰੀਕ ਹੀ ਚੱਲੀ ਸੀ ਤੀਜੇ ਦਿਨ ਮੈਸੇਜ ਕੀਤਾ ਸੀ ਇਹਨਾਂ ਨੇ ਜਾ ਕੇ ਹੈਲੋ ਦਾ ਅੱਛਾ ਫਿਰ ਮੈਂ ਬਹੁਤ ਹੌਲੀ ਹੌਲੀ ਦੇਖਿਆ ਮੈਂ ਕਿਹਾ ਚਲੋ ਦੇਖਦੇ ਹਾਂ ਇਹਨਾਂ ਨੇ ਸ਼ਾਮ ਜੀ ਨੂੰ ਮੈਸੇਜ ਕੀਤਾ ਤੇ ਮੇਰੇ ਖਿਆਲ 'ਚ ਮੈਂ ਰਾਤ ਜੀ ਨੂੰ ਦੇਖਿਆ ਸੀਗਾ ਜਦੋਂ ਸੌਣ ਲੱਗੇ ਉਦੋਂ ਮੈਂ ਦੇਖਿਆ ਤੇ ਨੋਰਮਲ ਗੱਲ ਹੋਈ ਹੈਲੋ ਹਾਏ ਤੇ ਬਾਅਦ 'ਚ ਫਿਰ ਇਹਨਾਂ ਨੂੰ ਪੁੱਛਿਆ ਜਿੱਦਾਂ ਤੁਹਾਨੂੰ ਦੱਸਿਆ ਤੁਸੀਂ ਕੌਣ ਹੋ ਮੈਂ ਕਿਹਾ ਸੀ ਮੈਂ ਕੁੜੀ ਕਹਿੰਦੇ ਮੈਂ ਕਿਹਾ ਤੁਸੀਂ ਕੌਣ ਕਹਿੰਦੇ ਮੈਂ ਮੁੰਡਾ ਫਿਰ ਇਹਨਾਂ ਨੇ ਆਣ ਜਾਣ ਪੁੱਛਿਆ ਵੀ ਤੁਸੀਂ ਟਰੈਵਲ ਕਰ ਲੈਂਦੇ ਹੋ ਮੈਂ ਕਿਹਾ ਹਾਂਜੀ ਮੈਂ ਕਰ ਲੈਂਦੀ ਹਾਂ ਕਹਿੰਦੇ ਠੀਕ ਹੈ ਬਸ ਮੈਂ ਆ ਹੀ ਪੁੱਛਦਾ ਸੀਗਾ ਹੋਰ ਕੀ ਸ਼ੌਂਕ ਰੱਖਦੇ ਹੋ ਤੁਸੀਂ ਮੈਂ ਕਿਹਾ ਬਸ ਨੋਰਮਲ ਮੈਂ ਕਿਹਾ ਫਿਰ ਕਹਿੰਦੇ ਤੁਹਾਡੇ ਸਟੱਡੀ ਕੀ ਹੈ ਸਟੱਡੀ ਵਗੈਰਾ ਬਾਰੇ ਪੁੱਛਿਆ ਤੇ ਉਦਨ ਫਿਰ ਚੈਟ ਆਫ ਕਰਕੇ ਅਸੀਂ ਸੋ ਗਏ ਅਸੀਂ ਕਿਹਾ ਚਲੋ ਠੀਕ ਹੈ ਨੋਰਮਲ ਗੱਲ ਹੋਈ ਹੈ ਅੱਜ ਤਾਂ ਵੀ ਕੱਲ੍ਹ ਨੂੰ ਦੇਖਦੇ ਹਾਂ ਇੰਨਾ ਇੰਟਰਸਟ ਜਿਹਾ ਹਜੇ ਬਣਿਆ ਨਹੀਂ ਸੀਗਾ ਕਿਉਂਕਿ ਮੈਂ ਉਹ ਫੋਨ ਹੋ ਕੇ ਚੈਟ ਕਰ ਰਹੀ ਸੀ ਬਾਰ ਬਾਰ ਤੇ ਇਹ ਕੰਟੀਨਿਊਸਲੀ ਆਨਲਾਈਨ ਹੋ ਕੇ ਚੈਟ ਦੇ ਵਿੱਚ ਹੀ ਬੈਠੇ ਸੀ ਤੇ ਚੈਟ ਦੇ ਵਿੱਚ ਉੱਪਰ ਉੱਪਰ ਬੈਠੇ ਕਦੇ 11 ਵਜੇ ਤੱਕ ਜਾਗੇ ਨਹੀਂ ਜਦੋਂ ਸਾਡੀ ਗੱਲ ਡੇਲੀ ਹੁੰਦੀ ਸੀ 10 ਵਜੇ ਕਦੇ 11 ਵਜੇ ਤੱਕ ਜਾਗੇ ਨਹੀਂ ਜਿੱਦਣ ਫਸਟ ਡੇ ਗੱਲ ਕਰਨੀ ਸੀ ਉਸ ਦਿਨ 11 ਸਾਢੇ 11 ਵਜੇ ਤੱਕ ਮੇਰੇ ਨਾਲ ਜਾ ਕੇ ਗੱਲ ਕਰ ਰਹੇ ਸੀ ਫਿਰ ਜਦੋਂ ਆਫ ਹੋ ਗਏ ਫਿਰ ਮੈਂ ਵੀ ਆਫ ਹੋ ਕੇ ਫਿਰ ਆਫ ਹੋ ਗਏ ਸੀਗੇ ਅੱਛਾ ਪੈਣਾ ਤੇ ਭਣੇ ਜਿਵੇਂ ਤੁਸੀਂ ਮੈਨੂੰ ਇਹ ਗੱਲ ਵੀ ਦੱਸਦੇ ਹੋ ਕਿ ਮੈਨੂੰ ਇਹ ਲੱਗਿਆ ਕਿ ਕੋਈ ਮੁੰਡਾ ਫਲਰਟ ਕਰ ਰਿਹਾ ਹੈ ਨਾ ਕਿ ਇਹ ਫਲਰਟ ਕਰ ਰਿਹਾ ਮੇਰੇ ਦਿਲ 'ਚ ਨਾ ਕੋਈ ਗੱਲ ਸੀ ਨਾ ਇਹਨਾਂ ਦਿਲ 'ਚ ਹੋ ਸਕਦੀ ਵੀ ਮੇਰੇ ਦਿਲ 'ਚ ਤਾਂ ਕੋਈ ਗੱਲ ਹੈ ਹੀ ਨਹੀਂ ਸੀ ਐਸੀ ਤੇ ਫਿਰ ਅਗਲੇ ਦਿਨ ਤੁਹਾਡੇ ਦਿਮਾਗ 'ਚ ਉਹ ਗੱਲਾਂ ਚੱਲ ਰਹੀਆਂ ਸੀ ਜਿਹੜੀਆਂ ਰਾਤ ਹੋਈਆਂ ਸੀ ਜਾਂ ਉਹ ਚੀਜ਼ਾਂ ਤੁਸੀਂ ਭੁੱਲ ਚੁੱਕੇ ਸੀ ਵੀ ਕਿਸੇ ਨੇ ਮੇਰੇ ਨਾਲ ਚੈਟ ਵੀ ਕੀਤੀ ਸੀ ਜਾਂ ਅਟਰੈਕਸ਼ਨ ਹੋਣੀ ਸ਼ੁਰੂ ਹੋ ਗਈ ਸੀ ਉਸ ਵਕਤ ਨਹੀਂ ਅਟਰੈਕਸ਼ਨ ਤਾਂ ਨਹੀਂ ਸੀਗੀ ਮੈਨੂੰ ਵੀ ਹਾਂ ਵੀ ਆਪਾਂ ਗੱਲ ਕਰਨੀ ਹੈ ਠੀਕ ਹੈ ਨੋਰਮਲ ਮੈਂ ਸੋਚ ਰਹੀ ਸੀ ਵੀ ਜਿੱਦਾਂ ਗੱਲ ਕਰ ਰਹੇ ਹਾਂ ਆਪਾਂ ਗੱਲ ਹੀ ਕਰਕੇ ਦੇਖਦੇ ਹਾਂ ਵੀ ਆਪਣੇ ਕੋਈ ਅਗਰ ਕੋਈ ਫਰੈਂਡ ਬਣ ਜਾਂਦਾ ਨਾ ਤਾਂ ਆਪਾਂ ਕੰਟੀਨਿਊਸਲੀ ਗੱਲ ਕਰਨ ਲੱਗ ਜਾਂਦੇ ਹਾਂ ਕਿਉਂਕਿ ਉਸ ਟਾਈਮ ਮੈਂ ਕਿਸੇ ਨਾਲ ਗੱਲ ਤਾਂ ਕਰਦੀ ਨਹੀਂ ਹੁੰਦੀ ਸੀਗੀ ਬਿਕੋਜ਼ ਆਪਾਂ ਨੂੰ ਇਦਾਂ ਸੀ ਚਲੋ ਠੀਕ ਹੈ ਆਪਾਂ ਗੱਲ ਕਰਕੇ ਦੇਖ ਲੈਂਦੇ ਹਾਂ ਵੀ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਨੋਰਮਲ ਹੈਲੋ ਹਾਈ ਕਰਨੀ ਹੁੰਦੀ ਸੀ ਕੁਝ ਜ਼ਿਆਦਾ ਤਾਂ ਹੁੰਦਾ ਨਹੀਂ ਸੀਗਾ ਬਸ 10 ਵਜੇ ਰਾਤ ਨੂੰ ਉਹ ਵੀ ਕਰਦੇ ਹੁੰਦੇ ਸੀ ਸਾਰੇ ਦਿਨ 'ਚ ਕੋਈ ਚੈਟ ਨਹੀਂ ਹੁੰਦੀ ਸੀ ਸਿਰਫ ਇੰਨਾ ਪੁੱਛਦੇ ਸੀ ਕਿੱਥੇ ਹੋ ਮੈਂ ਕਹਿ ਦਿੰਦੀ ਸੀ ਵੀ ਸੈਂਟਰ 'ਤੇ ਹਾਂ ਮੈਂ ਦੈਟਸ ਇਟ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੁੰਦੀ ਸੀਗੀ
ਸਾਡੀ ਗੱਲ ਹੁੰਦੀ ਹੈ 15 ਕ ਦਿਨ ਗੱਲ ਹੁੰਦੀ ਹੈ ਸਾਡੀ 15 ਕ ਦਿਨ ਤੇ 3-4 ਦਿਨਾਂ 'ਚ ਸਾਨੂੰ ਇਹ ਕਲੈਰੀਫਾਈ ਹੋ ਜਾਂਦਾ ਕਿ ਸਾਡੇ ਘਰ ਦੇ ਆਪਸ 'ਚ ਰਿਸ਼ਤੇਦਾਰ ਨੇ ਇਹ ਕੀ ਗੱਲ ਹੁੰਦੀ ਹੈ ਤੁਹਾਡੀ ਮੈਂ ਆਪਣੀ ਮੰਮਾ ਨੂੰ ਹੀ ਦੱਸਦੀ ਹੁੰਦੀ ਹਾਂ ਜਿੱਦਾਂ ਮੈਨੂੰ ਕਾਲ ਆਉਂਦੀ ਹੁੰਦੀ ਹੈ ਇਹਨਾਂ ਦੀ ਤੇ ਮੇਰਾ ਨੰਬਰ ਐਕਸਚੇਂਜ ਹੋ ਗਈ ਸੀ ਤੁਹਾਡੀ ਨੰਬਰ ਐਕਸਚੇਂਜ ਹੋ ਗਈ ਸੀਗੀ ਪਹਿਲਾਂ ਇਸ ਮੈਨੂੰ ਸਨੈਪਚੈਟ ਤੇ ਕਾਲ ਕਰਦੇ ਹੁੰਦੇ ਸੀਗੇ ਫਿਰ 1-2 ਦਿਨ ਕਾਲ ਨਹੀਂ ਲੱਗੀਗੀ ਸਨੈਪਚੈਟ ਤੇ ਫਿਰ ਮੈਨੂੰ ਕਹਿੰਦੇ ਕਿ ਵੀ ਕੰਟੈਕਟ ਨੰਬਰ ਦੇ ਦਿਓ ਮੈਂ ਕਿਹਾ ਚਲੋ ਠੀਕ ਹੈ ਦੇ ਦਿੰਨੀ ਆ ਉਸ ਟਾਈਮ ਮੇਰਾ ਸੈੱਲ ਫੋਨ ਵੀ ਕੁਦਰਤੀ ਖਰਾਬ ਹੋ ਗਿਆ ਤੇ ਮੈਂ ਆਪਣੀ ਮੰਮੀ ਦਾ ਨੰਬਰ ਦਿੱਤਾ ਮੈਂ ਇਹਨਾਂ ਨੂੰ ਕਿਹਾ ਮੈਂ ਠੀਕ ਹੈ ਕਾਲ ਨਾ ਕਰੀਓ ਮੈਂ ਕਹਿ ਦਿੱਤੇ ਮੈਂ ਕਿਹਾ ਤੁਸੀਂ ਕਾਲ ਨਹੀਂ ਕਰਨੀ ਤੇ ਕਹਿੰਦੇ ਕਿ ਠੀਕ ਹੈ ਨਹੀਂ ਕਰਦਾ ਇੱਕ ਦਿਨ ਪਤਾ ਨਹੀਂ ਇਹਨਾਂ ਨੂੰ ਕੀ ਟੈਨਸ਼ਨ ਜੀ ਹੋ ਗਈ ਤੇ ਫੋਨ ਕਰ ਲਿਆ ਫੋਨ ਨਹੀਂ ਚੱਕ ਰਹੀ ਸੀ ਐਕਚੁਅਲ ਚ ਮੇਰਾ ਕਾਫੀ ਟਾਈਮ ਤੋਂ ਮੈਂ ਇਹਨੂੰ 3-4 ਟਰਾਈ ਕਰ ਲਏ ਮੈਂ ਕਿਹਾ ਪੁੱਛਾਂ ਕਿੱਥੇ ਹੈ ਇਹਨਾਂ ਨੇ ਫੋਨ ਨਹੀਂ ਚੱਕ ਰਹੀ ਸੀ ਮੈਂ ਫੋਨ ਚੱਕਣਾ ਐਕਚੁਅਲ ਚ ਨਾ ਬੰਦ ਕਰਤਾ ਸੀ ਮੈਂ ਕਹਿੰਦਾ ਨਹੀਂ ਯਾਰ ਮੈਂ ਨਹੀਂ ਗੱਲ ਕਰਨੀ ਕੀ ਵੀ ਮੈਨੂੰ ਇਦਾਂ ਹੋਇਆ ਮੈਂ ਕਿਹਾ ਮੁੰਡਾ ਬਹੁਤ ਬਿਜ਼ੀ ਰਹਿੰਦਾ ਮੈਂ ਨਹੀਂ ਗੱਲ ਕਰਨੀ ਕੀ ਵੀ ਟਾਈਮ ਪਾਸ ਕਿਉਂ ਕਰੀਏ ਆਪਾਂ ਹਨਾ ਵੀ ਆਪਾਂ ਨੂੰ ਵੀ ਬਹੁਤ ਅਜੀਬ ਲੱਗਦਾ ਟਾਈਮ ਪਾਸ ਕਰਨਾ ਮੈਂ ਕਿਹਾ ਮੈਂ ਨਹੀਂ ਕਾਲ ਚੱਕਦੀ ਨਾ ਮੈਂ ਗੱਲ ਕਰਨੀ ਇਹ ਖਿਜੇ ਬੈਠੇ ਸੀ ਇਹਨਾਂ ਨੇ ਮੰਮੀ ਵਾਲੇ ਤੇ ਕਾਲ ਲਗਾਇਆ ਅੱਛਾ ਸਿੱਧਾ ਹੀ ਡਾਇਰੈਕਟ ਫਿਰ ਫੋਨ ਚੱਕਿਆ ਕਿਨੇ ਫਿਰ ਮੰਮੀ ਨੇ ਚੱਕਿਆ ਅੱਛਾ ਮੰਮੀ ਕਹਿੰਦੇ ਕਿ ਹਾਂਜੀ ਬੇਟਾ ਕਹਿੰਦੇ ਕਿ ਲਵ ਨਾਲ ਗੱਲ ਕਰਨੀ ਸੀ ਮੰਮੀ ਕਹਿੰਦੀ ਹਾਂਜੀ ਕਰਵਾ ਦਨੇ ਮੰਮੀ ਨੇ ਵੀ ਕੋਈ ਐਕਸਕਿਊਜ਼ ਨਹੀਂ ਕੀਤਾ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਸਨਿਆਰਿਆਂ ਦਾ ਮੁੰਡਾ ਕੋਈ ਅੱਛਾ ਤੇ ਟਰੂ ਕਲਰ ਤੇ ਨਾ ਆ ਗਿਆ ਸੀ ਟਰੂ ਕਲਰ ਤੇ ਨੇਮ ਸ਼ੋ ਹੋ ਰਿਹਾ ਅੱਛਾ ਨਿਮਲ ਮਸੋਨ ਸ਼ੋ ਹੋ ਰਿਹਾ ਸੀ ਤੇ ਮੰਮੀ ਨੇ ਪਿਕ ਵਗੈਰਾ ਵੀ ਦੇਖ ਲਈ ਸੀ ਆਲਰੇਡੀ ਅੱਛਾ ਤੇ ਉਹਦੇ ਵਿੱਚ ਪਿਕ ਵੀ ਲੱਗੀ ਹੋਈ ਸੀ ਇਹਨਾਂ ਦੀ ਉਹ ਜਾਣ ਕੇ ਤਾਂ ਨਹੀਂ ਲਾਈ ਸੀ ਵੀਰੇ ਨਹੀਂ ਜੀ ਉਹ ਤਾਂ ਪਹਿਲਾਂ ਬਹੁਤ ਟਾਈਮ ਦੀ ਪਹਿਲਾਂ ਅੱਛਾ 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 ਮਮ ਨੇ ਕੋਈ ਐਕਸਕਿਊਜ਼ ਨਾ ਕਰਦੇ ਹੋਏ ਬਸ ਮੈਨੂੰ ਸਿੱਧਾ ਹੀ ਦੱਸਿਆ ਕਹਿੰਦੇ ਕਿ ਇਦਾਂ ਕਰਕੇ ਨਿਮਲ ਮਸੋਨ ਦਾ ਫੋਨ ਆਇਆ ਸੀ ਮੈਂ ਕਿਹਾ ਮੰਮੀ ਤੁਸੀਂ ਕਾਹਤੇ ਚੱਕਿਆ ਮੈਂ ਮੰਮੀ ਨੂੰ ਲੜਨ ਲੱਗ ਗਈ ਮੈਂ ਕਿਹਾ ਤੁਸੀਂ ਮੇਰੀ ਕਾਲ ਨਾ ਚੱਕਿਆ ਕਰੋ ਮੇਰੇ ਸਟੂਡੈਂਟਸ ਦੀ ਕਾਲ ਹੁੰਦੀ ਹੈ ਮੰਮੀ ਕਹਿੰਦੀ ਠੀਕ ਹੈ ਫਿਰ ਮੈਂ 3-4 ਦਿਨਾਂ ਬਾਅਦ ਆਪਣੀ ਮੰਮੀ ਨੂੰ ਕਲੈਰੀਫਾਈ ਕੀਤਾ ਮੈਂ ਕਿਹਾ ਵੀ ਇਦਾਂ ਕਰਕੇ ਕੋਈ ਮੁੰਡਾ ਹੈਗਾ ਤੇ ਜਦੋਂ ਇਹਨਾਂ ਦੀ ਮੋਮ ਨਾਲ ਗੱਲ ਕੀਤੀ ਹੌਲੀ ਹੌਲੀ ਕਰਦੇ ਵੀ ਚਲੋ ਪੁੱਛਦੇ ਆ ਵੀ ਕਿੱਦਾਂ ਹੈਗੀ ਹੈ ਵੀ ਕੀ ਕਹਿੰਦੇ ਆ ਵਿਆਹ ਦੇ ਬਾਰੇ ਮੰਮੀ ਵਰਗਿਆਂ ਨੇ ਸਾਰੇ ਡਿਸਾਈਡ ਕੀਤਾ ਫਿਰ ਨਹੀਂ ਨਹੀਂ ਤੁਸੀਂ ਇਹ ਤੁਹਾਨੂੰ ਫੋਨ ਕਰਦੇ ਆ ਘਰ ਵਾਲੇ ਫੋਨ ਤੇ ਤੁਹਾਡੀ ਮੰਮੀ ਫੋਨ ਚੱਕ ਲੈਂਦੇ ਆ ਫਿਰ ਉਸ ਵਕਤ ਤੁਸੀਂ ਦੱਸਦੇ ਹੋ ਕਿ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਆ ਕਿ ਫਿਰ ਉਦੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਨਾਨਕੇ ਇਹਨਾਂ ਦੇ ਵੀ ਕੋਟਕਪੂਰੇ ਨੇ ਤੁਹਾਡੇ ਵੀ ਕੋਟਕਪੂਰੇ ਨੇ ਉਹ ਗੱਲ ਕਿਵੇਂ ਹੁੰਦੀ ਆ ਉਹ ਜਿੱਦਾਂ ਵਿੱਚੇ ਜਿਹੀ ਹੁੰਦੀ ਆ ਮੈਂ ਪੁੱਛਦਾ ਇਹਨਾਂ ਤੋਂ ਮੈਂ ਪੁੱਛਦਾ ਵੀ ਤੁਹਾਡੇ ਨਾਨਕੇ ਕਿੱਥੇ ਨੇ ਤੇ ਉਹ ਜਦੋਂ ਇਹ ਮੈਨੂੰ ਦੱਸਦੇ ਨੇ ਵੀ ਕੋਟਕਪੂਰੇ ਫਿਰ ਮੈਂ ਪੁੱਛਦਾ ਵੀ ਕੋਟਕਪੂਰੇ ਕਿੱਥੇ ਕ ਉਹ ਕਹਿੰਦੇ ਅਸੀਂ ਇਸ ਰੋਡ ਤੇ ਰਹਿੰਦੇ ਮੈਂ ਕਿਹਾ ਸਾਡਾ ਰੋਡ ਇਹ ਹੈ ਤੇ ਮਤਲਬ ਵੀ ਇੱਕੋ ਤੁਸੀਂ ਇਹ ਆਖਿਆ ਵੀ ਮੇਰੇ ਵੀ ਨਾਨਕੇ ਉੱਥੇ ਨੇ ਹਾਂਜੀ ਮੈਂ ਵੀ ਇਹ ਕਿਹਾ ਵੀ ਮੈਂ ਕਿਹਾ ਮੇਰੇ ਵੀ ਨਾਨਕੇ ਕੋਟਕਪੂਰੇ ਆ ਐਕਚੁਅਲੀ ਉਸ ਟਾਈਮ ਮੇਰੇ ਕੋਲ ਮੇਰੇ ਮੰਮਾ ਸੀਗੇ ਅੱਛਾ ਮੈਂ ਕਿਹਾ ਮੰਮਾ ਐਂ ਕਰਕੇ ਵੀ ਮੈਂ ਫੋਨ ਤੇ ਸੀ ਕਿਉਂਕਿ ਮੈਂ ਐਕਸਾਈਟਡ ਹੋਣਾ ਯਾਰ ਕੁੜੀ ਵੀ ਕੋਟਕਪੂਰੇ ਦੀ ਹੈ ਨਾਨਕਿਆਂ ਦੀ ਤੇ ਮੇਰੇ ਵੀ ਮੰਮਾ ਕੋਲ ਹੀ ਬੈਠੇ ਸੀਗੇ ਹਾਂ ਇਹਨਾਂ ਦੇ ਮੰਮਾ ਕੋਲ ਸੀ ਮੇਰੇ ਵੀ ਮੈਂ ਫੋਨ ਤੇ ਸੀਗਾ ਤੇ ਮੈਂ ਫੋਨ ਤੇ ਗੱਲ ਕਰਦੇ ਨੇ ਮੰਮਾ ਨੂੰ ਕਿਹਾ ਮੰਮਾ ਮਾ ਇਹ ਤਾਂ ਜਿਹੜੀ ਲੜਕੀ ਨਾਲ ਮੈਂ ਗੱਲ ਕਰੀ ਜਾਣਾ ਨਾ ਉਹਦੇ ਲੜਕੇ ਉਹਦੇ ਨਾਨਕੇ ਕੋਟਕਪੂਰੇ ਨੇ ਕਹਿੰਦੇ ਅੱਛਾ ਉਹਦੀ ਮੰਮਾ ਨੂੰ ਪੁੱਛ ਵੀ ਕਿਹੜੀ ਸਾਈਡ ਸਾਡੀ ਇਹ ਗੱਲ ਹੁੰਦੀ ਹੈ ਐਕਚੁਅਲ ਚ ਤੇ ਉਸ ਟਾਈਮ ਜਦੋਂ ਗੱਲ ਕਰਦੇ ਫਿਰ ਸਾਡੇ ਮੰਮਾ ਦੇ ਨੰਬਰ ਐਕਸਚੇਂਜ ਹੁੰਦੇ ਆ ਉਸ ਤੋਂ ਬਾਅਦ ਫਿਰ ਅਸੀਂ ਮੰਮੀ ਨੂੰ ਕਾਲ ਫੋਨ ਫੜਾਤਾ ਸੀ ਕਿ ਤੁਸੀਂ ਗੱਲ ਕਰ ਲਓ ਤੁਸੀਂ ਗੱਲ ਕਰ ਲਓ ਇਹਨਾਂ ਨੇ ਵੀ ਮੰਮਾ ਨੂੰ ਫੋਨ ਫੜਾਤਾ ਮੈਂ ਨਹੀਂ ਮੰਮਾ ਨੂੰ ਫੋਨ ਫੜਾਤਾ ਤੁਸੀਂ ਆਪਸ ਚ ਪੁੱਛ ਲਓ ਵੀ ਉਹਨਾਂ ਨੇ ਆਪਸ ਚ ਗੱਲ ਕਰਤੇ ਫਿਰ ਉਹ ਗੱਲ ਕਰਦੇ ਰਹੇ ਕਾਫੀ ਉਸ ਤੋਂ ਬਾਅਦ ਸਾਡੀ ਫੇਰ ਕੱਟ ਗੱਲ ਹੋਈ ਫਿਰ ਜਦੋਂ ਰਿਸ਼ਤੇਦਾਰੀ ਨਿਕਲੀ ਫਿਰ ਮਾਮਾ ਜੀ ਹੁਣਾਂ ਨਾਲ ਕਨਫਰਮ ਕੀਤਾ ਵੀ ਕੌਣ ਨੇ ਇਹ ਕਿੱਧਰ ਹੈ ਪਤਾ ਕਰੋ ਫੇਰ ਸਾਡੀ ਰਿਸ਼ਤੇਦਾਰੀ ਨਿਕਲੀ ਸੀ ਐਕਚੁਅਲੀ ਜਦੋਂ ਮੰਮਾ ਤੇ ਮਾਮਾ ਦੀ ਆਪਸ ਚ ਗੱਲ ਹੁੰਦੀ ਅੱਛਾ ਹਾਂਜੀ 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 ਤੇ ਉਸ ਵਕਤ ਤੱਕ ਵੀ ਤੁਸੀਂ ਇੱਕ ਦੂਜੇ ਨਾਲ ਕੋਈ ਪ੍ਰਪੋਜ਼ ਨਹੀਂ ਇੱਕ ਦੂਜੇ ਨੂੰ ਕੀਤਾ ਹੁੰਦਾ ਸਿਰਫ ਇੱਕ ਨਾਰਮਲ ਫਰੈਂਡ ਬਣ ਕੇ ਗੱਲ ਕਰ ਰਹੇ ਸੀ ਮੈਂ ਤਾਂ ਕਿੰਨੀ ਅੱਜ ਵਿਆਹ ਨੂੰ ਹੋ ਗਏ ਸਾਡੇ 4-5 ਵੀ ਨਹੀਂ ਹੋ ਗਏ ਅੱਜ ਤੱਕ ਵੀ ਨਹੀਂ ਹੋਏਗਾ ਅੱਜ ਤੱਕ ਵੀ ਪ੍ਰਪੋਜ਼ ਨਹੀਂ ਕੀਤਾ ਕਦੇ ਤੱਕ ਵੀ ਨਹੀਂ ਹੋਇਆ ਇਹ ਹੋ ਗਿਆ ਵੀ ਪ੍ਰਪੋਜ਼ ਵਾਲਾ ਸੀਨ ਤਾਂ ਜਮਾ ਨਹੀਂ ਸੀਗਾ ਮੇਰਾ ਵਿਆਹ ਤੋਂ ਪਹਿਲਾਂ ਹੋਈ ਨਹੀਂ 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 ਕੋਈ ਨਹੀਂ ਨਹੀਂ ਕੋਈ ਵੀ ਹਾਂ ਨਾ ਨਹੀਂ ਹੁੰਦੀ ਇੱਕ ਕੁੜੀ ਚ ਹਾਂ ਜੀ ਤੁਹਾਡੀ ਦੱਸ ਦੋ ਸਾਨੂੰ ਕਿਸੇ ਰਾਹੀਂ ਉਹ ਗੱਲ ਪੁਛਾਉਂਦੇ ਆ ਕਿ ਸਹੀ ਨੇ ਇਹ ਬੰਦੇ ਹਨਾ ਤੇ ਫਿਰ ਬਈ ਇਹ ਗੱਲ ਸਿਰੇ ਕਿਵੇਂ ਚੜ੍ਹਦੀ ਹੈ ਜਦੋਂ ਇਹ ਗੱਲ ਫਾਈਨਲ ਹੋ ਜਾਂਦੀ ਵੀ ਹਾਂਜੀ ਮੈਨੂੰ ਵੀ ਮੰਮਾ ਕਹਿੰਦੇ ਨੇ ਵੀ ਐਂ ਕਰਕੇ ਵੀ ਆਪਣੇ ਜਾਣ ਪਛਾਣ ਦੇ ਨਿਕਲ ਗਏ ਨਿਮਲ ਆਪਾਂ ਜੇ ਤੁਹਾਡੀ ਮੈਰਿਜ ਕਰਦੀ ਕਿਉਂਕਿ ਉਹਨਾਂ ਨੇ ਆਪਸ 'ਚ ਪੁੱਛਿਆ ਸੀ ਵੀ ਅਸੀਂ ਵੀ ਕੁੜੀ ਦਾ ਵਿਆਹ ਕਰਨਾ ਅਤੇ ਅਸੀਂ ਵੀ ਮੁੰਡੇ ਦਾ ਵਿਆਹ ਕਰਨਾ ਮੇਰੇ ਮੰਮਾ ਅਤੇ ਉਹਨਾਂ ਦੇ ਮੰਮਾ ਫਿਰ ਇਹ ਗੱਲ ਸਿਰੇ ਐਂ ਚੜ੍ਹਦੀ ਜੀ ਪਤਾ ਕਰਵਾਉਂਦੇ ਨੇ ਵੀ ਹਾਂ ਕਿਵੇਂ ਨੇ ਸਾਰੇ ਘਰ ਦੇ ਬਾਹਰ ਠੀਕ ਹੈ ਜੀ ਬਿਲਕੁਲ ਅਤੇ ਉਸ ਤੋਂ ਬਾਅਦ ਸਾਡੀ ਫੈਮਿਲੀ ਫਾਈਨਲ ਹਾਂ ਫੋਟੋਜ਼ ਵਗੈਰਾ ਦੇਖਦੇ ਹਾਂ ਵੀ ਮੇਰੀਆਂ ਵੀ ਫੋਟੋ ਸ਼ੇਅਰ ਕਰਦੇ ਨੇ ਅੱਗੇ ਫਿਰ ਪ੍ਰੋਪਰ ਫੋਟੋ ਜਾਂਦੀਆਂ ਨਹੀਂ ਫਿਰ ਮੈਂ ਮਤਲਬ ਵੀ ਹਾਂਜੀ ਰਿਸ਼ਤਾ ਹੋ ਰਿਹਾ ਹੁਣ ਵਿਚੋਲਾ ਕੌਣ ਪਾਇਆ ਤੁਸੀਂ ਕੋਈ ਨਹੀਂ ਮਾਮਾ ਜੀ ਹੋਣੇ ਸੀਗੇ ਕਿਹੜੇ ਮਾਮਾ ਜੀ ਕੋਟ ਵਾਲੇ ਮੇਰੇ ਮਾਮਾ ਜੀ ਉਹ ਬਲਜੀਤ ਅੰਕਲ ਜੀ ਹੋਣੇ ਅੱਛਾ ਹਾਂ ਉਹ ਹਾਂ ਬਸ ਵਿੱਚ
मुलाकात करते हो एक दूजे नाल फिजिकली मिल के किते बैठ के? नहीं बिल्कुल भी नहीं, सीधा इंटरनेट देती। हां जी हां, सीधा सोशल मीडिया ते गल होई, सिर्फ साडी 10-15 दिन गलबात जदों असीं मम्मी दी गल ही करवा दिंदे आ, फिर तां डिसाइड करन लग जांदे आ वी इक वारी श्राद्ध आ रहे सी विच दी, श्राद्धां तों बाद आपां रोका वगैरह रख लैंदे आ। हां जी, बस श्राद्ध आ रहे सीगे ते देखते सारी साडे फैमिली कहंदे वी लड़की सानू पसंद है, ओह कहंदे सानू मुंडा पसंद है। लड़कियां समझदार बंदे नूं इशारा काफी हुंदा ते आपां नूं समझाउण दी कदे लोड़ नहीं पई। आई साडी जिंदगी अज पूरे सिरे सिखर ते खड़ी हुई है। क्या बात है भाई। ते अच्छा, ते व्याह हुंदा, व्याह वाले दिन भी बहुत खास चीज जुड़दी है थोड़े नाल, जिहड़ी कड़ी जिहदे करके अज तुहानूं लोक जाणदे हन, उत्थे इक रील बणदी आ ਤੇ ਉਹ ਰੀਲ ਸੋਸ਼ਲ ਮੀਡੀਆ 'ਤੇ ਬਾਈ ਵਾਇਰਲ ਹੋ ਜਾਂਦੀ ਹੈ। ਉਹਦਾ ਕਾਰਨ ਇਹ ਰਹਿੰਦਾ, ਜਿੰਨੇ ਕੁ ਅਸੀਂ ਕਮੈਂਟ ਪੜ੍ਹੇ ਉਹਦੇ ਥੱਲੇ, ਕਿ ਉਹਦੇ ਥੱਲੇ ਚੰਗੇ ਵਧੇਰੇ ਸੀ, ਮਾੜੇ ਬਹੁਤ ਮਾੜੇ ਉਦੋਂ ਵੀ ਜ਼ਿਆਦਾ ਸੀ, ਹੈ ਨਾ। ਮਾੜੇ ਇਹ ਸੀਗੇ ਕਿ ਮੁੰਡਾ ਇੰਨਾ ਸੋਹਣਾ, ਕੁੜੀ ਦੇਖੋ ਕਿਹੋ ਜਿਹੀ ਆ, ਹੈ ਨਾ। ਅਤੇ ਇਹ ਗੱਲਬਾਤ ਚੱਲੀ ਉੱਥੋਂ ਜਿੱਥੇ ਤੁਸੀਂ ਜ਼ਿਆਦਾ ਵਾਇਰਲ ਹੋਏ, ਅਤੇ ਫਿਰ ਤੁਸੀਂ ਬਾਈ ਉਹ ਕਮੈਂਟ ਆਪ ਪੜ੍ਹੇ? ਹਾਂਜੀ ਵੀਰ ਜੀ, ਮਤਲਬ ਜਦੋਂ ਸਾਡੀ ਵੀ ਮੈਂ ਤੁਹਾਨੂੰ ਜਿਵੇਂ ਦੱਸ ਦਿੰਦਾ, ਸੋਸ਼ਲ ਮੀਡੀਆ 'ਤੇ ਜਦੋਂ ਮੈਨੇ ਇਹਨਾਂ ਨੇ ਰੀਲ ਬਣਾਈ ਸੀ, ਐਕਚੁਅਲੀ ਮੇਰੇ ਮਾਮਾ ਜੀ ਦੇ ਮੁੰਡੇ ਨੇ ਵੀਡੀਓ ਬਣਾਈ ਸੀ ਅਤੇ ਪੋਸਟ ਕੀਤੀ ਸੀ ਇਹਨਾਂ ਨੇ ਅਤੇ ਸਿਮਰ ਨੇ, ਮੇਰੀ ਮਾਮਾ ਜੀ ਦੀ ਲੜਕੀ ਨੇ, ਉਹਨਾਂ ਨੇ ਪੋਸਟ ਕੀਤੀ। ਮੈਨੂੰ ਨਹੀਂ ਪਤਾ ਸੀਗਾ ਵੀ ਅਕਾਊਂਟ ਇਹਨਾਂ ਨੇ ਪੋਸਟ ਕਰ ਦਿੱਤੀ ਹੈ। ਮੈਂ ਐਕਚੁਅਲ 'ਚ ਕੰਮ ਤੋਂ ਆਇਆ 5-6 ਦਿਨਾਂ ਬਾਅਦ, ਜਦੋਂ ਮੈਨੇ ਰੀਲ ਦੇਖੀ ਉੱਥੇ 4500 ਲਾਈਕ ਸੀਗਾ। ਆਪਾਂ ਨੂੰ ਤਾਂ ਐਂ ਹੁੰਦਾ ਵੀ ਯਾਰ ਵਧੀਆ ਲਾਈਕ ਆ ਕੇ 4500 ਆਪਣੀ ਵੀਡੀਓ ਵਧੀਆ ਦੇਖੀ ਹੈ, ਲੋਕਾਂ ਨੇ ਰੀਚ ਵਧੀਆ ਗਈ ਹੈ। ਅਤੇ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਕਮੈਂਟ ਪੜ੍ਹਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਇਹਨਾਂ ਦਾ ਅਕਾਊਂਟ ਪ੍ਰਾਈਵੇਟ ਸੀਗਾ, ਉਹ 'ਤੇ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ ਕਾਫੀ ਜ਼ਿਆਦਾ। ਫਿਰ ਇਹਨਾਂ ਨੇ, ਮੈਂ ਕਰਤਾ ਇਹਨਾਂ ਦਾ ਵੀ ਪਬਲਿਕ ਕਰਤਾ ਰਿਕੁਐਸਟ, ਮੈਂ ਕਿਹਾ ਫੋਲੋਅਰ ਦੇਖਦੇ ਹਾਂ ਕਿੰਨੇ ਕੁ ਜਾਂਦੇ ਨੇ। ਅਤੇ ਇਹਨਾਂ ਦੇ ਦਿਨਾਂ 'ਚ ਬਹੁਤ ਜ਼ਿਆਦਾ ਫੈਨ ਫੋਲੋਇੰਗ ਚਲੀ ਗਈ ਅਤੇ ਕਮੈਂਟ ਜਦੋਂ ਅਸੀਂ ਪੜ੍ਹਦੇ ਸੀ, ਲੋਕ ਵਧੀਆ ਕਹਿੰਦੇ ਸੀ ਵੀ ਬਹੁਤ ਵਾਰ ਵਾਰ ਦੇਖਣ ਨੂੰ ਦਿਲ ਕਰਦਾ ਸਾਡੀ ਵੀਡੀਓ। ਐਕਚੁਅਲੀ ਮੈਂ ਵੀ ਬਹੁਤ ਵਾਰ ਦੇਖੀ ਉਹ ਵੀਡੀਓ, ਕਿਉਂਕਿ ਮੈਨੂੰ ਬਹੁਤ ਵੀ ਜਦੋਂ ਬਣੀ ਸੀ ਉਦੋਂ ਨਹੀਂ ਪਤਾ ਸੀ, ਪਰ ਜਦੋਂ ਬਣ ਕੇ ਐਕਚੁਅਲੀ ਦੇਖੀ ਉਦੋਂ ਬਹੁਤ ਮਜ਼ਾ ਆਇਆ। ਤੁਸੀਂ ਕਮੈਂਟ ਦਾ ਜ਼ਿਕਰ ਕਰ ਰਹੇ ਸੀ? ਹਾਂਜੀ ਹਾਂਜੀ, ਮੈਂ ਕਮੈਂਟ ਦਾ ਵੀ ਦੇਖ ਰਿਹਾ ਸੀਗਾ ਮੈਂ ਵੀ, ਲੋਕ ਕਹਿ ਰਹੇ ਸੀ ਵੀ ਮੁੰਡਾ ਤੂੰ ਸੋਹਣਾ ਹੈ, ਕੁੜੀ ਸੋਹਣੀ ਨਹੀਂ ਹੈਗੀ, ਮੁੰਡਾ ਤੂੰ ਸੋਹਣਾ ਹੈ, ਕੁੜੀ ਸੋਹਣੀ ਨਹੀਂ ਹੈਗੀ, ਕਿੱਥੋਂ ਲੱਭ ਕੇ ਲਿਆਇਆ, ਇਹ ਵੋ ਸਮਥਿੰਗ ਲੋਕਾਂ ਦੇ ਕਮੈਂਟ ਸੀ। ਬਟ ਆਪਾਂ ਨੂੰ ਕੋਈ ਲੱਗਿਆ ਨਹੀਂ ਹੈਗਾ, ਮੈਨੇ ਕਿਉਂਕਿ ਉਹਨਾਂ ਦੇ ਕਮੈਂਟਾਂ ਨੂੰ ਜ਼ਿਆਦਾ ਆਪਦੇ ਮਹੱਤਵ ਨਹੀਂ ਦਿੱਤਾ, ਕਿਉਂਕਿ ਮੈਨੂੰ ਉਹ ਚੀਜ਼ ਨਹੀਂ ਪਸੰਦ ਵੀ ਤੁਸੀਂ ਕਾਹਦੇ ਵਾਸਤੇ ਕਮੈਂਟਿੰਗ ਕਰ ਰਹੇ ਹੋ। ਹੁਣ ਇਹ ਤਾਂ ਦੇਖੋ ਸਭ ਦੇ ਘਰੇ ਧੀਆਂ ਭੈਣਾਂ ਹੁੰਦੀਆਂ ਨੇ, ਹੈ ਨਾ ਜੀ, ਵੀ ਆਪਾਂ ਕਿਉਂ ਕਿਸੇ ਨੂੰ ਮਾੜਾ ਬੋਲੀਏ? ਕੱਲ੍ਹ ਨੂੰ ਤੁਸੀਂ ਸੋਹਣੇ ਹੋ, ਤੁਹਾਨੂੰ ਕੀ ਪਤਾ ਤੁਹਾਡੇ ਤੋਂ ਵੱਧ ਕੁੜੀ ਸੋਹਣੀ। ਜੇ ਕੱਲ੍ਹ ਨੂੰ ਤੁਹਾਨੂੰ ਕੁੜੀ ਸੋਹਣੀ ਜ਼ਿਆਦਾ ਮਿਲਦੀ ਹੈ, ਤੁਹਾਡੀ ਸ਼ਕਲ ਨਹੀਂ ਮਿਲਦੀ ਉਹਦੇ ਨਾਲ, ਤਾਂ ਅਸੀਂ ਵੀ ਤੁਹਾਨੂੰ ਕਮੈਂਟ ਕਰਨ ਦੇ ਹੱਕਦਾਰ ਬਣਦੇ ਹਾਂ ਵੀ ਯਾਰ ਕੀ ਲੱਭ ਲਿਆ। ਬਟ ਉਹ ਚੀਜ਼ ਜੇ ਆਪਾਂ ਨਾ ਕ੍ਰੀਏਟ ਕਰੀਏ ਤਾਂ ਬਾਹਲੀ ਬੈਟਰ ਹੈ। ਤੁਹਾਨੂੰ ਵੀ ਇਹ ਗੱਲਾਂ ਸੁਣਨ ਨੂੰ ਮਿਲੀਆਂ ਕਿ ਤੂੰ ਕੀ ਲੱਭ ਲਿਆ, ਦੇਖਿਆ ਕੀ ਇਹਦੇ 'ਚ ਖਾਸ? ਸਾਨੂੰ ਇਹ ਸੋਸ਼ਲ ਮੀਡੀਆ 'ਤੇ ਕਾਫੀ ਸੁਣਨ ਨੂੰ ਮਿਲਿਆ ਵੀ ਤੂੰ ਕੀ ਲੱਭ ਲਿਆ। ਮੈਂ ਕਿਹਾ ਵੀਰੇ ਮੈਂ ਸਿਰਾ, ਮੈਂ ਸਿਰਾ ਲੱਭਿਆ ਜੋ ਵੀ ਲੱਭਿਆ, ਅੱਜ ਮੈਂ ਬਹੁਤ ਵਧੀਆ ਜਿਵੇਂ ਵੀ ਆਪਦੀ ਤਕਦੀਰ 'ਤੇ, ਵੀ ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਨਾ ਮੈਂ ਕੋਈ ਆਪਦੀ ਕਿੰਨੀਆਂ ਸੋਹਣੀਆਂ ਲੱਭ ਲਾਂਗੇ ਵੀਰ ਜੀ, ਕੀ ਪਤਾ ਕੱਲ੍ਹ ਨੂੰ ਕੀ ਬਣ ਜੇ। ਆਪਾਂ ਨੂੰ ਘਰ ਆਪਣੇ ਖੁਸ਼ੀ ਪਰਿਵਾਰ 'ਚ 4 ਮੈਂਬਰ ਹਾਂ, ਮੈਂ ਆ, ਮੰਮੀ ਆ, ਡੈਡ ਹੈ, ਲਵ ਨੇ, ਹੋਰ ਕੀ ਆਪਾਂ ਨੂੰ ਚਾਹੀਦਾ? ਖੁਸ਼ ਨੇ ਇਕੱਲਾ, ਮੇਰੇ ਛੋਟੇ ਬਰਦਰ ਦੀ ਐਕਚੁਅਲ 'ਚ ਡੈਥ ਹੋ ਗਈ ਸੀ, ਉਸ ਤੋਂ ਬਾਅਦ ਫਿਰ ਘਰ ਬਹੁਤ ਮੁਸ਼ਕਿਲ ਨਾਲ ਸਾਂਭਿਆ। ਅੱਛਾ, ਅਤੇ ਬਾਈ ਵਿਆਹ ਹੁੰਦਾ, ਰੀਲ ਪੈ ਜਾਂਦੀ ਹੈ, ਹੈ ਨਾ, ਉਸ ਤੋਂ ਬਾਅਦ ਜਿਵੇਂ ਆਪਣੇ ਉਹ ਗੱਲਾਂ ਤੁਹਾਨੂੰ ਛੁਪੀਆਂ ਨਹੀਂ ਹੈਗੀਆਂ ਜਿਹੜੀਆਂ ਕਮੈਂਟਾਂ ਦੇ ਵਿੱਚ ਆਉਂਦੀਆਂ ਸੀਗੀਆਂ, ਕਿ ਤੁਹਾਡੇ ਬਾਰੇ ਨੈਗੇਟਿਵ ਕਮੈਂਟਸ ਹੋਣ ਲੱਗ ਗਏ ਕਿ ਤੁਸੀਂ ਸੋਹਣੇ ਨਹੀਂ ਹੈਗੇ, ਤੁਹਾਨੂੰ ਇਹ ਚੀਜ਼ ਦਾ ਲੋਕਾਂ ਦੇ ਵੱਲੋਂ ਕਮੈਂਟਾਂ ਦੇ ਰਾਹੀਂ ਦਰਸਾਇਆ ਗਿਆ? ਪਤਾ ਨਹੀਂ ਕਿ ਮੇਰੇ ਤੋਂ ਜ਼ਿਆਦਾ ਮੇਰਾ ਘਰ ਵਾਲਾ ਸੋਹਣਾ ਹੈ, ਜਿਸ ਦਾ ਮੈਂ ਵੀ ਬਹੁਤ ਮਾਣ ਕਰਦੀ ਹਾਂ ਵੈਸੇ, ਪਰ ਜਦੋਂ ਲੋਕ ਕਹਿੰਦੇ ਆ ਕਿ, ਵੈਸੇ ਮੈਨੂੰ ਬੁਰਾ ਤਾਂ ਨਹੀਂ ਲੱਗਦਾ ਸੀ, ਬਟ ਕਦੇ ਕਦੇ ਕੋਈ ਕਮੈਂਟ ਇੰਨਾ ਗੰਦਾ ਹੁੰਦਾ ਸੀ, ਉਦੋਂ ਜ਼ਰੂਰ ਬੁਰਾ ਲੱਗਦਾ ਹੁੰਦਾ ਸੀਗਾ ਵੀ ਹਾਂ ਇੰਨਾ ਬੁਰਾ ਕਮੈਂਟ ਕਰਦੇ ਆ, ਵੀ ਲੋਕਾਂ ਦੇ ਆਪਦੇ ਵੀ ਘਰੇ ਹੁੰਦੇ ਆ, ਹੈ ਨਾ, ਕਰਦੇ, ਤਾਂ ਕਦੇ ਕਦੇ ਬੁਰਾ ਲੱਗਦਾ ਹੁੰਦਾ ਸੀ, ਬਟ ਨਹੀਂ
मतलब निमल लापरी तो बिना अधूरा होना चाहे ਲੋਕ ਲਾਈਕ ਕਰਨ ਚਾਹੇ ਨਾ ਲਾਈਕ ਕਰਨ ਪਰ ਆਪਾਂ ਇਹ ਵੈਸੇ ਵੀਰੇ ਦੇਖਿਆ ਜਾਵੇ ਤਾਂ ਹਰੇਕ ਨੂੰ ਲੋਕ ਜੱਜ ਕਰਦੇ ਹੀ ਕਰਦੇ ਆ ਚਾਹੇ ਉਹ ਕੋਈ ਵੀ ਆ ਕੋਈ ਵੀ ਆ ਆਪਾਂ ਦੇਖਿਆ ਜਾਵੇ ਤਾਂ ਅੱਜ ਕੱਲ ਦੀ ਦੁਨੀਆ 'ਚ ਪਤਾ ਨਹੀਂ ਲੋਕਾਂ ਦੀ ਆਦਤ ਬਣ ਗਈ ਜੱਜ ਕਰਨ ਦੀ ਹਰੇਕ ਨੂੰ ਪਤਾ ਨਹੀਂ ਕਿਉਂ ਜਿਵੇਂ ਮੰਨ ਲਓ ਇੱਦਾਂ ਸਮਝ ਲਓ ਕਿ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਰਹਿ ਗਿਆ ਵੀ ਇੱਦਾਂ ਹੀ ਫਰੋਲੀ ਆਣਗੇ ਕੌਣ ਸੋਹਣਾ ਕੌਣ ਨਹੀਂ ਸੋਹਣਾ ਕੌਣ ਸੋਹਣਾ ਕੌਣ ਸਾਰਾ ਦਿਨ ਲੋਕ ਆਹੀ ਫਾਈਂਡ ਆਊਟ ਕਰਦੇ ਰਹਿੰਦੇ ਇੰਸਟਾਗ੍ਰਾਮ 'ਤੇ ਬੈਠੇ ਰੀਲਾਂ 'ਚ ਉਹਨਾਂ ਨੇ ਆਹ ਨਹੀਂ ਦੇਖਣਾ ਵੀ ਅੱਜ ਕੱਲ੍ਹ ਦੀ ਦੁਨੀਆ 'ਚ ਅਸੀਂ ਵੀ ਇੰਜੋਏ ਕਰੀਏ ਜੇ ਲੋਕ ਕਰ ਰਹੇ ਤਾਂ ਅਸੀਂ ਵੀ ਇੰਜੋਏ ਕਰੀਏ ਇਹ ਚੀਜ਼ ਬਹੁਤ ਔਡ ਜੀ ਲੱਗਦੀ ਹੈ ਵੀ ਲੋਕਾਂ 'ਚ ਮੈਂਟੈਲਿਟੀ ਇੱਦਾਂ ਲੱਗਦਾ ਖਤਮ ਹੀ ਹੋ ਗਈ ਹੈ ਜਮਾਂ ਬਹੁਤ ਐਜੂਕੇਟਡ ਲੋਕ ਵੀ ਨਾ ਆਪਦੇ ਆਪ ਨੂੰ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਹਾਂ ਕਿ ਬਹੁਤ ਜ਼ਿਆਦਾ ਜਿਹੜੇ ਐਜੂਕੇਟਡ ਹੈ ਨਾ ਉਹ ਵੀ ਆਪਦੇ ਆਪ ਨੂੰ ਜਮਾਂ ਹੀ ਡਲ ਸਮਝ ਰਹੇ ਆ ਇੱਥੇ ਕਿਸਵਾੜ ਮੇਰਾ ਹੈ ਨਾ ਜਦੋਂ ਉਹ ਕਮੈਂਟ ਆਏ ਜਿਵੇਂ ਤੁਹਾਡੇ ਹੈ ਨਾ ਤੁਸੀਂ ਭਾਵੁਕ ਹੋਏ ਚੀਜ਼ਾਂ ਤੋਂ ਇੱਥੋਂ ਇਹ ਚੀਜ਼ ਤਾਂ ਬਿਲਕੁਲ ਸਾਫ਼ ਹੁੰਦੀ ਹੈ ਹੈ ਨਾ ਕਿ ਉਹ ਚੀਜ਼ਾਂ ਨੇ ਤੁਹਾਨੂੰ ਤੋੜਿਆ ਕਿਤੇ ਨਾ ਕਿਤੇ ਅੰਦਰੋਂ ਤਾਂ ਤੋੜਿਆ ਹੋਊਗਾ ਅਤੇ ਫਿਰ ਇਹ ਬਾਈ ਹੋਰਾਂ ਨੇ ਕਦੇ ਤੁਹਾਨੂੰ ਹੌਸਲਾ ਦਿੱਤਾ ਇਹ ਚੀਜ਼ ਦਾ ਮੈਂ ਤਾਂ ਜੀ ਇੱਕੋ ਹੀ ਗੱਲ ਕਹਿੰਦਾ ਮੈਂ ਇਹਨਾਂ ਨੂੰ ਇੱਕੋ ਗੱਲ ਵੀ ਜਿੰਨਾ ਟਾਈਮ ਮੈਂ ਖੜਾ ਤੈਨੂੰ ਕੋਈ ਕੁਛ ਕਹਿ ਜੇ ਮੈਂ ਕੋਈ ਕੁਛ ਨਹੀਂ ਕਹਿ ਸਕਦਾ ਨਾ ਮੇਰੀ ਫੈਮਿਲੀ 'ਚੋਂ ਕੋਈ ਕੁਛ ਕਹੇ ਤੁਹਾਨੂੰ ਜੇ ਸਾਹਮਣੇ ਵਾਲਾ ਬੰਦਾ ਤੂੰ ਸਾਨੂੰ ਬੋਲ ਰਿਹਾ ਅਸੀਂ ਤੈਨੂੰ ਨਹੀਂ ਜਾਣਦੇ ਸੌਰੀ ਇਸ ਗੱਲ ਦੀ ਮੈਂ ਖੁਦ ਪ੍ਰੇਸ ਕਰਦੀ ਹਾਂ ਇੰਨੀ ਸਪੋਰਟ ਕਰਦੇ ਮੈਨੂੰ ਇਹ ਇੰਨੀ ਕੁ ਜ਼ਿਆਦਾ ਸਪੋਰਟ ਕਰਦੇ ਜਿੱਥੇ ਮੈਂ ਕਹੂੰਗੀ ਵੀ ਆਹ ਕੰਮ ਨਹੀਂ ਕਰਨਾ ਉੱਥੇ ਕਹਿਣਗੇ ਤੂੰ ਕਰ ਮੈਂ ਖੜਾ ਇਹ ਚੀਜ਼ ਹੁੰਦੀ ਹੈ ਸਾਡੇ ਨਾਲ ਅੱਛਾ ਤੇ ਇਹ ਗੱਲ ਦਾ ਮਾਣ ਹੁੰਦਾ ਬਹੁਤ ਜ਼ਿਆਦਾ ਕਿਉਂਕਿ ਜਿਸ ਕਦੇ ਨਾ ਮੈਨੂੰ ਇੱਕ ਟਾਈਮ ਤੇ ਮੇਰੀ ਫੈਮਿਲੀ ਰੋਕ ਦੋਗੀ ਵੀ ਤੂੰ ਨਾ ਕਰ ਇਹ ਕੰਮ ਬੁਰਾ ਲੱਗਦਾ ਚੰਗਾ ਨਹੀਂ ਲੱਗਦਾ ਇਹ ਕਹਿਣਗੇ ਨਹੀਂ ਮੈਂ ਖੜਾ ਤੂੰ ਕਰ ਜਦੋਂ ਮੇਰੇ ਕਹਿਣ ਤੇ ਤੈਨੂੰ ਕਰਨਾ ਪਊਗਾ ਫੈਮਿਲੀ ਪਿੱਛੇ ਰਹਿ ਗਈ ਹੁਣ ਤੇਰੇ ਨਾਲ ਮੈਂ ਖੜਾ ਤੂੰ ਕਰ ਲਾ ਇਹ ਚੀਜ਼ ਹੁੰਦੀ ਹੈ ਮੇਰੇ ਨਾਲ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਇੱਕ ਜਿਵੇਂ ਵੀਰੇ ਹੋਰਾਂ ਨੇ ਗੱਲ ਦੱਸੀ ਕਿ ਇੱਕ ਇਨਸਿਕਿਉਰਿਟੀ ਹੁੰਦੀ ਹੈ ਹੈ ਨਾ ਖਾਸ ਕਰਕੇ ਮੁੰਡਾ ਜ਼ਿਆਦਾ ਸੋਹਣਾ ਹੋਵੇ ਜਾਂ ਕੁੜੀ ਜ਼ਿਆਦਾ ਸੋਹਣੀ ਹੋਵੇ ਹੈ ਨਾ ਉਹ ਰਿਲੇਸ਼ਨ 'ਚ ਇਨਸਿਕਿਉਰਿਟੀ ਕਿਤੇ ਨਾ ਕਿਤੇ ਤਾਂ ਹੁੰਦੀ ਹੈ ਤੁਹਾਡੇ ਦੋਨਾਂ 'ਚ ਤਾਂ ਨਹੀਂ ਜਾਂ ਤੁਹਾਡੇ ਵੱਲੋਂ ਕਿਤੇ ਇਨਸਿਕਿਉਰ ਹੋਇਆ ਹੋਵੇ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਮੈਨੂੰ ਪੂਰਾ ਟਰਸਟ ਹੈ ਇਹਨਾਂ 'ਤੇ ਵੀ ਹਰ ਇੱਕ ਮੁੰਡਾ ਹੁੰਦਾ ਸਾਰੀ ਦੁਨੀਆ ਘੁੰਮ ਕੇ ਜਦੋਂ ਲਾਸਟ 'ਤੇ ਵਿਆਹ ਹੁੰਦਾ ਉਹਦੇ ਕੋਲ ਤਾਂ ਮੈਨੂੰ ਇਸ ਚੀਜ਼ ਦਾ ਪੂਰਾ ਭਰੋਸਾ ਹੈ ਇਹਨਾਂ 'ਤੇ ਚਾਹੇ ਕਿੰਨੇ ਵੀ ਸੋਹਣੇ ਆ ਰੱਜ ਕੇ ਸੋਹਣੇ ਮੈਨੂੰ ਪਤਾ ਹੈ ਬਹੁਤ ਸੋਹਣੇ ਆ ਬਟ ਮੈਨੂੰ ਜਮਾ ਇਨਸਿਕਿਉਰਿਟੀ ਹੈ ਨਹੀਂ ਇਹਨਾਂ ਨੂੰ ਲੈ ਕੇ ਬਿਲਕੁਲ ਵੀ ਕਦੇ ਕਦੇ ਭੈਣੇ ਇਹ ਗੱਲ ਦਾ ਜ਼ਿਕਰ ਹੋਇਆ ਕਿ ਤੁਸੀਂ ਇੰਨੇ ਸੋਹਣੇ ਸੁਨੱਖੇ ਸੀ ਹੈ ਨਾ ਤੁਸੀਂ ਮੈਨੂੰ ਹੀ ਕਿਉਂ ਚੁਣਿਆ ਕਦੇ ਮੈਂ ਕਹਿ ਦਿੰਦੀ ਹੁੰਦੀ ਹਾਂ ਮੈਂ ਬਹੁਤ ਵਾਰੀ ਕਹਿੰਦੀ ਹਾਂ ਨਿਮਲ ਤੁਸੀਂ ਮੇਰੇ 'ਚ ਕੀ ਦੇਖਿਆ ਵੀ ਤੁਸੀਂ ਹੈ ਨਾ ਵੀ ਆਪ ਤੋਂ ਇੰਨੇ ਸੋਹਣੇ ਕਹਿਣਗੇ ਉਹੀ ਤਾਂ ਤੈਨੂੰ ਪਤਾ ਨਹੀਂ ਮੈਂ ਤੇਰੇ 'ਚ ਕੀ ਦੇਖਿਆ ਉਹੀ ਤੈਨੂੰ ਪਤਾ ਨਹੀਂ ਲੱਗਦਾ ਮੈਂ ਤੇਰੇ 'ਚ ਕੀ ਦੇਖਿਆ ਕਹਿਣਗੇ ਤੂੰ ਤਾਂ ਮੇਰੀ ਜ਼ਿੰਦਗੀ ਆ ਕਮਲੀਏ ਇੱਦਾਂ ਕਰੀ ਜਾਂਦੀ ਹੈ ਕਿਆ ਬਾਤ ਆ ਬਈ ਬਹੁਤ ਖੂਬਸੂਰਤ ਕਹਾਣੀ ਹੈ ਤੁਹਾਡੀ ਅਤੇ ਹੁਣ ਬਾਈ ਆਪਾਂ ਇੱਕ ਗੱਲ ਹੋਰ ਜ਼ਿਕਰ ਕਰਾਂ ਮੈਂ ਜਦੋਂ ਸੋਸ਼ਲ ਮੀਡੀਆ 'ਤੇ ਕੋਈ ਨਹੀਂ ਜਾਣਦਾ ਹੁੰਦਾ ਹੈ ਨਾ ਚਲੋ ਉਦੋਂ ਤੁਹਾਡੇ ਤਾਰੀਫ ਕਰਨ ਵਾਲੇ ਵੀ ਘੱਟ ਹੁੰਦੇ ਆ ਹੈ ਨਾ ਤੁਹਾਨੂੰ ਬੁਰਾ ਕਹਿਣ ਵਾਲੇ ਵੀ ਬਹੁਤ ਘੱਟ ਹੁੰਦੇ ਆ ਪਰ ਜਦੋਂ ਤੁਹਾਡੀ ਇੰਸਟਾਗ੍ਰਾਮ 'ਤੇ ਜਾਂ ਆਮ ਜ਼ਿੰਦਗੀ ਦੇ ਵਿੱਚ ਲੋਕ ਜੁੜਨੇ ਸ਼ੁਰੂ ਹੁੰਦੇ ਆ ਤਾਂ ਉਹਨਾਂ 'ਚ ਬਹੁਤ ਜ਼ਿਆਦਾ ਚੰਗੇ ਵੀ ਆਉਂਦੇ ਪਰ ਉਸ ਤੋਂ ਜ਼ਿਆਦਾ ਚੰਗੇ ਮਾੜੇ ਵੀ ਆਉਂਦੇ ਆ ਆਪਾਂ ਪਿੱਛੇ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜਿਵੇਂ ਭੈਣੇ ਤੁਸੀਂ ਆਖਿਆ ਕਿ ਕਿਸੇ ਨੂੰ ਖੁਸ਼ ਲੋਕ ਦੇਖ ਕੇ ਨਹੀਂ ਰਾਜ਼ੀ ਹੈ ਨਾ ਹਾਂਜੀ ਉਹ ਕਹਿੰਦੇ ਆ ਕਿ ਇਹਨਾਂ ਦਾ ਪਿਆਰ ਇਤਫਾਕ ਇੰਨਾ ਕਿਉਂ ਆ ਹੈ ਨਾ ਤੁਸੀਂ ਇੰਸਟਾਗ੍ਰਾਮ 'ਤੇ ਰੀਲਾਂ ਪਾਉਣ ਲੱਗ ਗਏ ਅਸੀਂ ਸਾਰੀਆਂ ਚੀਜ਼ਾਂ ਦੇਖੀਆਂ ਜਿਵੇਂ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਦੇਖੇ ਬਹੁਤ ਸਬਕ ਹੁੰਦੀਆਂ ਨੇ ਉਹ ਚੀਜ਼ਾਂ ਸੱਭਿਅਕ ਨਹੀਂ ਹੁੰਦੀਆਂ ਕਿ ਬਹੁਤ ਸਾਰਾ ਤੁਸੀਂ ਵੀ ਪਰਿਵਾਰ 'ਚ ਬਹਿ ਕੇ ਕੋਈ ਨਾ ਦੇਖ ਸਕੇ ਜਾਂ ਬਹੁਤ ਇੱਦਾਂ ਦਾ ਗੰਦ ਤੁਸੀਂ ਨਹੀਂ ਪਰੋਸਦੇ ਹੈ ਨਾ ਪਰ ਨੋਰਮਲ ਉਹ ਪਰਿਵਾਰ 'ਚ ਬਹਿ ਕੇ ਚੀਜ਼ਾਂ ਦੇਖੀਆਂ ਜਾ ਸਕਦੀਆਂ ਨੇ ਪਰ ਲੋਕ ਉਹਦੇ 'ਤੇ ਵੀ ਇਹ ਕਮੈਂਟ ਕਰਦੇ ਆ ਬਾਈ ਜਿੰਨੇ ਕੁ ਅਸੀਂ ਪੜ੍ਹੇ ਕਿ ਇਹ ਹੁਣ ਕੰਜਰਪਣਾ ਕਰਨ ਲੱਗ ਗਏ ਇਹ ਆਪਣੀ ਜਨਾਨੀ ਦਿਖਾਉਣ ਲੱਗ ਗਏ ਆ ਇਹ ਜਨਾਨੀ ਦੇ ਸਿਰ ਤੋਂ ਪੈਸੇ ਕਮਾ ਰਹੇ ਆ ਇੰਸਟਾਗ੍ਰਾਮ ਦੇ ਉੱਤੋਂ ਰੋਟੀਆਂ ਸੇਕ ਰਹੇ ਆ ਇਹ ਆਪਣੀ ਜਨਾਨੀ ਦਿਖਾ ਕੇ ਉਹ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ ਬਾਈ ਤੁਸੀਂ ਫਿਰ ਹੁਣ ਕੀ ਕਹਿ ਸਕਦੇ ਹਾਂ ਆਪਾਂ ਇੱਕ ਬੈਠੇ ਹੀ ਇਸ ਸੱਭਿਆਚਾਰਕ ਮਾਹੌਲ 'ਚ ਹਾਂ ਵੀ ਆਪਾਂ ਉਹਨਾਂ ਨੂੰ ਕੁਛ ਕਹਿ ਨਹੀਂ ਸਕਦੇ ਬਟ ਮੈਂ ਉਹਨਾਂ ਨੂੰ ਇੰਨੀ ਗੱਲ 'ਚ ਕਹਿਣਾ ਚਾਹੁੰਦਾ ਵੀ ਪਲੀਜ਼ ਆਪਦਾ ਥੋੜ੍ਹਾ ਜਿਹਾ ਦਿਮਾਗ ਯੂਜ਼ ਕਰਕੇ ਕਮੈਂਟ ਕਰਿਆ ਕਰੋ ਵੀ ਆਪਾਂ ਉਹਨਾਂ ਨੂੰ ਗੁੱਸੇ ਨਾਲ ਨਹੀਂ ਕਹਿ ਰਹੇ ਆਪਾਂ ਉਹਨਾਂ ਨੂੰ ਪਿਆਰ ਨਾਲ ਕਹਿ ਰਹੇ ਹਾਂ ਵੀ ਅਸੀਂ ਕਿਹੜਾ ਕੋਈ ਤੁਹਾਨੂੰ ਧਮਕੀ ਦੇ ਰਹੇ ਵੀ ਫਿਰ ਵੀ ਤੁਹਾਡੀ ਆਪਦੀ ਫੈਮਿਲੀ 'ਚ ਵੀ ਕੱਲ੍ਹ ਨੂੰ ਕੋਈ ਚੜੂਗਾ ਮੈਂ ਕਹਿੰਦਾ ਚੜੇ ਸੋਸ਼ਲ ਮੀਡੀਆ 'ਤੇ ਅਸੀਂ ਇਕੱਲੇ ਤਾਂ ਬੈਠੇ ਨਹੀਂ ਗਏ ਬਹੁਤ ਦੁਨੀਆ ਬੈਠੀ ਹੈ ਹਰ ਇੱਕ ਜਣਾ ਨੱਚਦਾ ਵੀ ਆ ਕੋਈ ਗਿੱਧਾ ਪਾਉਂਦਾ ਕੋਈ ਕੀ ਕਰਦਾ ਹਰ ਇੱਕ ਲੋਕ ਆਪਦੇ ਅਕੋਰਡਿੰਗ ਇੰਜੋਏ ਕਰ ਰਹੇ ਆ ਹੈ ਨਾ ਉਹ ਸਾਡੇ ਇਕੱਲਿਆਂ ਲਈ ਤਾਂ ਹੈ ਨੀਗਾ ਪਲੇਟਫਾਰਮ ਕਿ ਅਸੀਂ ਇਕੱਲੇ ਹੀ ਨੱਚ ਰਹੇ ਹਾਂ ਪਤਾ ਨਹੀਂ ਕਿਉਂ ਦੁਨੀਆ ਸਾਡੇ ਹੀ ਮਗਰ ਪੈ ਗਈ ਸਾਡੀ ਇੱਕ ਰੀਲ ਵਾਇਰਲ ਹੋ ਗਈ ਤਾਂ ਕਰਕੇ ਪਤਾ ਨਹੀਂ ਕਿਉਂ ਲੋਕ ਇੱਦਾਂ ਕੋਲ ਇੱਕ ਮੋਸਟ ਇੰਪੋਰਟੈਂਟ ਕਮੈਂਟ ਕੀ ਚੱਲ ਰਿਹਾ ਵੀ ਤੁਹਾਡੀ ਇੱਕ ਰੀਲ ਵਾਇਰਲ ਹੋ ਗਈ ਹੁਣ ਤੁਸੀਂ ਸਿਆਪਾ ਸ਼ੁਰੂ ਕਰ ਲਿਆ ਉਹ ਬਾਈ ਯਾਰ ਤੁਸੀਂ ਚੜਾਇਆ ਹੁਣ ਸਾਨੂੰ ਤੁਸੀਂ ਥੱਲੇ ਲਾਈ ਜਾਂਦੇ ਹੋ ਚਲੋ ਲਾਹੋ ਬਟ ਥੋੜ੍ਹਾ ਜਿਹਾ ਵਧੀਆ ਵੇ ਨਾਲ ਤਾਂ ਲਾਹੋ
ਮੈਨੂੰ ਇੱਕ ਗੱਲ ਦੱਸਿਓ ਸੱਚੀ ਤੁਸੀਂ ਕਿ ਇਹ ਸੋਸ਼ਲ ਮੀਡੀਆ ਤੁਸੀਂ ਪੈਸਿਆਂ ਕਰਕੇ ਬਣਾਇਆ ਕਿ ਇੱਥੋਂ ਪੈਸੇ ਕਮਾਵਾਂਗੇ ਪੈਸੇ ਬਣਾਓ ਖਾਸ ਕਰਕੇ ਲੋਕਾਂ ਦੀ ਸੋਚ ਵੀ ਇਹ ਹੁੰਦੀ ਹੈ ਕਈ ਲੋਕਾਂ ਨਹੀਂ ਜਦੋਂ ਸਾਡੀ ਰੀਲ ਵਾਇਰਲ ਹੋਈ ਨਾ ਸਾਨੂੰ ਲੋਕਾਂ ਨੇ ਹੀ ਸਾਨੂੰ ਇਸ ਚੀਜ਼ ਨੂੰ ਐਨਕਰੇਜ ਕੀਤਾ ਵੀ ਤੁਸੀਂ ਹੋਰ ਰੀਲਸ ਬਣਾਓ ਸਾਨੂੰ ਕੋਈ ਇੰਸਟਾਗ੍ਰਾਮ ਤੋਂ ਕੋਈ ਅਸੀਂ ਸੱਚ ਦੱਸ ਦੇ ਨਾ ਤਾਂ ਸਾਨੂੰ ਕੋਈ ਪੈਸਾ ਆਉਂਦਾ ਇੰਸਟਾਗ੍ਰਾਮ ਤੋਂ ਨਾ ਕੁਛ ਹੋਰ ਸਾਨੂੰ ਕੁਛ ਨਹੀਂ ਆਉਂਦਾ ਗਾ ਅਸੀਂ ਸਿਰਫ ਆਪਦੀ ਇੰਜੋਇਮੈਂਟ ਵਾਸਤੇ ਬਣਾ ਰਹੇ ਰੀਲਸ ਵੀ ਠੀਕ ਹੈ ਇਹਨਾਂ ਨੂੰ ਇੱਦਾਂ ਹੁੰਦਾ ਵੀ ਅੱਜ ਕੋਈ ਰੀਲ ਅਪਲੋਡ ਕਰੀਏ ਵੀ ਹੁਣ ਤਾਂ ਕਿਉਂਕਿ ਸਾਨੂੰ ਨਾ ਸਾਰਿਆਂ ਨੇ ਰਿਸ਼ਤੇਦਾਰਾਂ ਨੇ ਇਹੀ ਕਿਹਾ ਵੀ ਤੁਹਾਡੀ ਰੀਲ ਵਾਇਰਲ ਹੋਈ ਹੈ ਤੁਹਾਨੂੰ ਰੀਲਸ ਬਣਾਉਣੀਆਂ ਪੈਣੀਆਂ ਜੇ ਤੁਸੀਂ ਨਾ ਆਪਦਾ ਅਕਾਊਂਟ ਮੈਨੇਜ ਕੀਤਾ ਡਾਊਨ ਚੱਲ ਜੂਗਾ ਬਿਕੋਜ਼ ਹੁਣ ਤੁਹਾਡੇ ਫੋਲੋਵਰਸ ਵੀ ਕਾਫੀ ਇਨਕਰੀਜ਼ ਹੋ ਰਿਹਾ ਕਿਉਂਕਿ ਸਾਨੂੰ ਲੋਕ ਮੈਸੇਜ ਕਰਦੇ ਹੁੰਦੇ ਸੀ ਕੋਈ ਰੀਲ ਡਾਲੋ ਲਾਈਵ ਹੋ ਜਾਓ ਪਲੀਜ਼ ਇੱਦਾਂ ਹੋ ਜਾਓ ਇਹ ਸਾਨੂੰ ਲੋਕ ਹੀ ਕਹਿੰਦੇ ਹੁੰਦੇ ਸੀ ਅਸੀਂ ਫਿਰ ਰੀਲਾਂ ਅਪਲੋਡ ਕੀਤੀਆਂ ਅਸੀਂ ਫਸਟ ਸਾਡਾ ਕੋਈ ਪੈਸ਼ਨ ਨਹੀਂ ਸੀਗਾ ਅੱਛਾ ਹਾਂਜੀ ਹਾਂਜੀ ਜਿੱਦੇ ਸਾਡੀ ਫਸਟ ਰੀਲ ਪੋਸਟ ਕੀਤੀ ਜਾਂਦੀ ਹੈ ਉਸ ਤੋਂ ਮੇਰੇ ਖਿਆਲ 'ਚ ਬਿਟਵੀਨ ਮੇਰੀਆਂ ਵਿਆਹ ਲਈਆਂ ਦੋ ਤਿੰਨ ਹੋਰ ਰੀਲਾਂ ਆਈਆਂ ਮੈਂ ਦੋ ਦੋ ਤਿੰਨ ਤਿੰਨ ਗੈਪਸ 'ਤੇ ਡਾਲੀਆਂ ਨੇ ਉਹ ਵੀ ਇੰਨੀਆਂ ਜ਼ਿਆਦਾ ਵਧੀਆ ਗਈਆਂ ਨੇ ਮੇਰੀਆਂ ਵੀ ਸਾਨੂੰ ਕਿਹੜਾ ਕੋਈ ਹੋ ਗਿਆ ਸੀ ਵੀ ਅੱਜ ਸਾਡੀ ਵਾਇਰਲ ਅਤੇ ਕੱਲ੍ਹ ਨੂੰ ਸਾਨੂੰ ਪੂਰਾ ਹਿਸਾਬ ਹੈ ਵੀ ਇੰਸਟਾਗ੍ਰਾਮ ਅਸੀਂ ਚੱਕ ਲਿਆ ਸਾਨੂੰ ਕੋਈ ਹਿਸਾਬ ਥੋੜ੍ਹੀ ਸੀ ਨਾ ਮੈਨੇ ਕਦੇ ਅੱਜ ਤੱਕ ਰੀਲਾਂ ਬਣਾਈਆਂ ਸੀ ਵੀ ਹਾਂ ਠੀਕ ਹੈ ਮੇਰੇ ਥੋੜ੍ਹੇ ਜਿਹੇ ਮਤਲਬ ਹੈਗੇ ਸੀ 500-600 ਫੋਲੋਅਰ ਮਤਲਬ ਮੈਂ ਜਿੰਮ 'ਚ ਹੁੰਦਾ ਸੀ ਇੱਕ ਅੱਧੀ ਵੀਡੀਓ ਪਾ ਤੀ 10 ਦਿਨ ਟੱਪ ਗਏ 15 ਦਿਨ ਟੱਪ ਗਏ 50 ਲਾਈਕ ਆ ਜਾਣੇ ਛਾਤੀ ਚੋੜੀ ਹੋਏ ਨੇ 50 ਲਾਈਕ ਆ ਗਏ ਆਹ ਸੀਗਾ ਹਿਸਾਬ ਤਾਂ ਬਟ ਜਦੋਂ ਸਾਡੀ ਆਹ ਚੀਜ਼ ਬਣ ਗਈ ਸਾਨੂੰ ਸਾਡੇ ਇੰਨੀ ਵਧੀਆ ਰੀਚ ਹੋ ਗਈ ਜੀ ਪਰ ਅਸੀਂ ਫਿਰ ਥੋੜ੍ਹੀਆਂ ਥੋੜ੍ਹੀਆਂ ਪਾਉਣੀਆਂ ਸ਼ੁਰੂ ਕੀਤੀਆਂ ਫਿਰ ਲੋਕਾਂ ਨੇ ਪਸੰਦ ਕਰਨੀਆਂ ਸ਼ੁਰੂ ਕੀਤੀਆਂ ਤੁਹਾਡੇ ਰਿਸ਼ਤੇਦਾਰ ਤਾਂ ਨਹੀਂ ਇਹ ਗੱਲ ਕਹਿੰਦੇ ਬਾਈ ਜਿਹੜੇ ਇਲਾਕੇ 'ਚ ਆਪਾਂ ਬੈਠੇ ਹਾਂ ਖਾਸ ਕਰਕੇ ਆਪਣੇ ਇਲਾਕੇ ਨੂੰ ਹਨਾ ਬੈਕਵਰਡ ਆਖਿਆ ਜਾਂਦਾ ਹਨਾ ਕਿ ਜਦੋਂ ਇਹ ਚੀਜ਼ਾਂ ਤੁਸੀਂ ਸਮਾਜ ਤੋਂ ਨਿਕਲ ਕੇ ਅਲੱਗ ਚੱਲਦੇ ਹੋ ਤਾਂ ਆਮ ਸਾਡੇ ਲੋਕ ਹੀ ਹੁੰਦੇ ਆ ਜਿਹੜੇ ਸਾਡੀਆਂ ਰੱਤਾਂ ਖਿੱਚਦੇ ਜਾਂ ਇਹ ਕਹਿੰਦੇ ਇਹਨਾਂ ਨੇ ਕੰਜਰਖਾਨਾ ਸ਼ੁਰੂ ਕਰ ਲਿਆ ਕਦੇ ਆਮ ਲੋਕਾਂ 'ਚੋਂ ਆਲੇ ਦੁਆਲੇ ਦੇ ਲੋਕਾਂ 'ਚੋਂ ਇਹ ਗੱਲਾਂ ਸੁਣਨ ਨੂੰ ਤਾਂ ਨਹੀਂ ਮਿਲੀਆਂ ਨਹੀਂ ਜੀ ਆਪਾਂ ਨੂੰ ਠੀਕ ਹੈ ਲੋਕਾਂ ਦੇ ਹੁਣ ਕੀ ਕਹਿ ਸਕਦੇ ਜੀ ਲੋਕ ਬੋਲਦੇ ਵੀ ਨੇ ਤਾਂ ਆਪਾਂ ਇਗਨੋਰ ਕਰ ਦਿੰਦੇ ਆਪਾਂ ਬੋਲ ਕੇ ਸਵਾਦ ਲੈ ਕੇ ਨਹੀਂ ਆਪਾਂ ਲੋਕਾਂ ਨੂੰ ਦਿਖਾ ਕੇ ਰਾਜੀ ਹਾਂ ਵੀ ਅਸੀਂ ਖੜ੍ਹੇ ਹਾਂ ਜਿਵੇਂ ਅਸੀਂ ਤਾਂ ਯਾਰ ਖੜ੍ਹੇ ਹਾਂ ਤੁਸੀਂ ਜੋ ਕਰਨਾ ਕਰੀ ਚਲੋ ਆਪਣਾ ਸਵਾਹ ਹੀ ਨਹੀਂ ਹੈਗਾ ਜੀ ਲੜਨ ਦੋਣਾ ਵਾਲਾ ਜੋ ਤੱਕ ਅਗਲਾ ਸਾਹਮਣੇ ਆ ਕੇ ਛਾਤੀ 'ਚ ਨਹੀਂ ਵੱਜਦਾ ਕੀ ਵੱਜਣਾ ਜੀ ਉਹਦੇ 'ਚ ਫਾਇਦੇਮੰਦ ਆ ਪਰ ਜੇ ਤੁਸੀਂ ਉਹਦਾ ਗਲਤ ਯੂਜ਼ ਕਰੋਗੇ ਹਨਾ ਕਿ ਬਹੁਤ ਫੇਰ ਕਹਿ ਸਕਦੇ ਆਪਾਂ ਤੁਸੀਂ ਇੱਕ ਹਸਬੈਂਡ ਵਾਈਫ ਹੋ ਇੱਕ ਮਰਿਆਦਾ 'ਚ ਰਹਿ ਕੇ ਤੁਸੀਂ ਉਹ ਚੀਜ਼ਾਂ ਕਰਦੇ ਹੋ ਨਾ ਵੀਰੇ ਅਤੇ ਭੈਣੇ ਕੁਛ ਜਾਂਦੇ ਜਾਂਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੁੰਦੇ ਹੋਵੋ ਜਾਂ ਉਹ ਲੋਕਾਂ ਦੀ ਸੋਚ 'ਤੇ ਕੁਛ ਕਹਿਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਬਾਈ ਹੈ ਨਾ ਖੁੱਲ੍ਹ ਕੇ ਤੁਸੀਂ ਦੱਸ ਸਕਦੇ ਹੋ ਸੁਨੇਹਾ ਵੀਰ ਜੀ ਆਈ ਹੈ ਵੀ ਸਾਰੇ ਆਪਾਂ ਨੂੰ ਬਹੁਤ ਮਿੱਤਰ ਪਿਆਰੇ ਭੈਣ ਜੋ ਵੀ ਆ ਪਿਆਰ ਕਰਦੇ ਨੇ ਅਤੇ ਵੀ ਐਂ ਦਿੰਦੇ ਰਹੋ ਆਪਾਂ ਕੁਛ ਮਾੜਾ ਤਾਂ ਕਰ ਨਹੀਂ ਰਹੇ ਨਾ ਹੀ ਆਪਾਂ ਸੋਸ਼ਲ ਮੀਡੀਆ 'ਤੇ ਕੋਈ ਗੰਦ ਪਾ ਰਹੇ ਹਾਂ ਹਸਬੈਂਡ ਵਾਈਫ ਹਾਂ ਇਹ ਮੇਰੇ ਵਾਈਫ ਨੇ ਦੇਖ ਲਓ ਤੁਸੀਂ ਅਤੇ ਕੀ ਨਾਮ ਹੈ ਸਾਡੀ ਹੀ ਰੀਲ ਵਾਇਰਲ ਹੋਈ ਸੀ ਜੀ ਤੋਂ ਸਾਨੂੰ ਜਾਣਾ ਜਾਂਦਾ ਕਮਾਲ ਹੋ ਗਿਆ ਕਪਲ ਸਾਨੂੰ ਲੋਕ ਜਿਹੜੇ ਸਾਰੇ ਬਲਾਡੇ ਦੇ ਏਰੀਏ ਦੇ ਜਾ ਕੇ ਆਉਂਦੇ ਹੋਏ ਜਾਂਦੇ ਹੋਏ ਕਹਿੰਦੇ ਨੇ ਵੀ ਇਹ ਕਮਾਲ ਹੋ ਗਿਆ ਕਪਲ ਵਾਲੇ ਉਹ ਫਿਰਦੇ ਨੇ ਅਤੇ ਵੀ ਜਿੱਥੇ ਵੀ ਅਸੀਂ ਜਾਂਦੇ ਹਾਂ ਸਾਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਮੈਂ ਕਹਿੰਦਾ ਦਿਲੋਂ ਖੋਲ੍ਹ ਕੇ ਦਿੱਤਾ ਸਾਨੂੰ ਲੋਕ ਮਿਲਦੇ ਨੇ ਪਿਕਸ ਕਰਵਾਉਂਦੇ ਨੇ ਵੀ ਜ਼ਿੰਦਗੀ 'ਚ ਬਹੁਤ ਸੋਹਣੀ ਇਮੇਜ ਬਣੀ ਹੈ ਤੁਹਾਡੇ ਥਰੂ ਹੀ ਬਣੀ ਹੈ ਅਤੇ ਤੁਸੀਂ ਸਾਨੂੰ ਥੋੜ੍ਹਾ ਥੋੜ੍ਹਾ ਕਦੇ ਕਦੇ ਮੰਦਾ ਬੋਲ ਦਿੰਦੇ ਹੋ ਚਲੋ ਠੀਕ ਹੈ ਕੋਈ ਗੱਲ ਨਹੀਂ ਉਹਦੇ ਲਈ ਸੌਰੀ ਹੈ ਬਟ ਵੀ ਤੁਸੀਂ ਨਾ ਬੋਲਿਆ ਕਰੋ ਤਾਂ ਤੁਹਾਡੇ ਅੱਗੇ ਹੱਥ ਅੱਗੇ ਬੇਨਤੀ ਹੈ ਵੀ ਨਾ ਬੋਲਿਆ ਕਰੋ ਕਿਉਂਕਿ ਸਾਡਾ ਕਿਹੜਾ ਕੋਈ ਵੀ ਪੰਜਾਬ ਤੋਂ ਅਲੱਗ ਹੋ ਕੇ ਜਾਂ ਕੋਈ ਸੱਭਿਆਚਾਰ ਤੋਂ ਹਟਾ ਕੇ ਅਸੀਂ ਕੋਈ ਰੀਲ ਪੋਸਟ ਕਰਦੇ ਹਾਂ ਜਾਂ ਕੋਈ ਤੁਹਾਨੂੰ ਗੰਦੀ ਲੱਗੇ ਜ਼ਿੰਦਗੀ ਜਿਉਣ ਦਾ ਹੱਕ ਵੀ ਸਾਰਿਆਂ ਨੂੰ ਹੁੰਦਾ ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੋਵੇ ਚਾਹੇ ਨੋਰਮਲ ਲਾਈਫ ਹੋਵੇ ਕਿਸੇ ਦਾ ਮਜ਼ਾਕ ਨਾ ਉਡਾਇਆ ਕਰੋ ਨਾ ਹੀ ਕਿਸੇ ਨੂੰ ਲੈ ਕੇ ਕੁਛ ਇੱਦਾਂ ਦੀ ਟ੍ਰੋਲਿੰਗ ਵਗੈਰਾ ਕਰਿਆ ਕਰੋ ਕੁਛ ਵੀ ਨਹੀਂ ਮੈਂ ਇਹਨਾਂ ਦੀ ਐਕਚੁਅਲ 'ਚ ਸ਼ਕਲ ਨੂੰ ਨਹੀਂ ਪਿਆਰ ਕੀਤਾ ਮੈਂ ਇਹਨਾਂ ਦੀ ਸੀਰਤ ਨੂੰ ਪਿਆਰ ਕੀਤਾ ਜਿਵੇਂ ਵੀ ਇਹਨਾਂ ਦਾ ਨੇਚਰ ਬਹੁਤ ਚੰਗਾ ਵੀ ਤੁਸੀਂ ਵੀ ਮੈਂ ਤੁਹਾਨੂੰ ਕਹਿੰਦਾ ਵੀ ਖਾਸ ਕਰਕੇ ਮੁੰਡਿਆਂ ਨੂੰ ਚਲੋ ਮੇਰਾ ਮੈਂ ਤਾਂ ਬਹੁਤ ਛੋਟਾ ਕਹਿਣ ਨੂੰ ਤਾਂ ਵੀ ਬਾਈ ਬਣਿਆ ਕੁੜੀ ਨੂੰ ਸਾਹਮਣੇ ਦੇਖ ਕੇ ਨਾ ਜੱਜ ਕਰਿਆ ਕਰੋ ਉਹਦੀ ਸੀਰਤ ਦੇਖਿਆ ਕਰੋ ਉਹ 'ਚ ਕਿੰਨੇ ਕੁ ਗੁਣ ਨੇ ਕਿੰਨਾ ਕਿਆ ਵਧੀਆ ਫੈਮਿਲੀ 'ਚ ਕਿਵੇਂ ਰਹਿੰਦੀ ਆ ਤੁਹਾਡੇ ਨਾਲ ਬਾਈ ਬਣਿਆ ਉਹ ਜ਼ਰੂਰ ਦੇਖ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਸਾਂਝੀ ਕਰੋ ਜ਼ਿੰਦਗੀ 'ਚ ਅੱਗੇ ਪੈਰ ਕਦਮ ਵਧਾਓ ਤੁਹਾਡੀ ਜੋ ਆਉਣ ਵਾਲੀ ਫੈਮਿਲੀ ਉਹ ਵੀ ਖੁਸ਼ ਹੋ ਸਕੇ ਸਾਡੇ ਪੁੱਤ ਨੇ ਜੋ ਵੀ ਸਾਡੀ ਨੂੰਹ ਬਣ ਕੇ ਆਈ ਹੈ ਉਹ ਵੀ ਬਹੁਤ ਖੁਸ਼ ਹੈ ਸਾਡੇ ਘਰ ਦੇ ਭਾਗ ਬਣ ਗਏ ਇਹਦੇ ਲਈ ਇੱਥੇ ਹੀ ਮੈਂ ਸਾਰੀ ਗੱਲਬਾਤ ਖਤਮ ਕਰਦਾ ਥੈਂਕ ਯੂ ਮੇਰੇ ਵੱਲੋਂ ਬਹੁਤ ਬਹੁਤ ਬਾਈ ਸਮਾਂ ਦਿੱਤਾ ਭੈਣੇ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਹੈ ਨਾ ਅਤੇ ਸੋ ਇੰਟਰਵਿਊ ਸੀ ਵੀਰੇ ਅਤੇ ਭੈਣ ਹੋਰਾਂ ਦੀ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇੰਟਰਵਿਊ ਦਿਖਾਉਣ ਦਾ ਮਕਸਦ ਇਹ ਸੀ ਕਿ ਇਹ ਕਪਲ ਦੀ ਇੱਕ ਵੱਖਰੀ ਕਹਾਣੀ ਇਹ ਇੱਕ ਇਤਫਾਕ ਦੀ ਕਹਾਣੀ ਸੀ ਕਿ ਸੋਸ਼ਲ ਮੀਡੀਆ ਜ਼ਰੀਏ ਮਿਲਦੇ ਆ ਕਿਸ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਖਾਸ ਗੱਲ ਇੰਟਰਵਿਊ 'ਚ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਹਰ ਕਿਸੇ ਵੱਲੋਂ ਵੀ ਨਹੀਂ ਹੁੰਦਾ ਪਿਆਰ ਦਾ ਕਿ ਮੈਂ ਤੈਨੂੰ ਪਿਆਰ ਕਰਦਾ ਜਾਂ ਮੈਂ ਤੇਰੇ ਨਾਲ ਜ਼ਿੰਦਗੀ ਜਿਉਣੀ ਚਾਹੁੰਦਾ ਇਹ ਘਰ ਦੇ ਹੀ ਇਹਨਾਂ ਦਾ ਰਿਸ਼ਤਾ ਕਰ
खास गल ये इंटरव्यू की मैंने चंगी लगी कि बाई होर ने इन्हों की भैन होर की सूरत नहीं देखी, इन्हों की सीरत देखी कि कुड़ी चंगी है। तो शकलां देख के मैं भी यही कहना चाहूँगा कि कदे किसी जज ना करया करो कि असी किसी जानते भी नहीं होंगे पर फिर भी असी कमेंटा दे विच खास ही लोग तो यह वीडियो के थले भी कमेंट कर रहे होंगे इस वक्त जिहड़े देख रहे कि असी किसी जानते भी नहीं होंगे कि वह इंसान किवें दा होऊगी, फितरत किवें दी होऊगी। असी बिना सोचे समझे किसी मैसेज कर देने भैन होर ही भावक होए क्योंकि बहुत सारे लोग इन्हों तोड़न वाले रहे कि मुंडा सोहना तू आप सोहनी नहीं हैगी या इन्हों ये कहना कि तू कुड़ी च की देखिया तेरे च कोई कमी तो है नहीं सी। तो ये चीज़ा इन्हों भी तोड़ दें, इन्हों चंगा खुश जे रहेंद तो रहन दया करो, कोई भी बंदा खुश है अपनी जिंदगी उन्होंने रहन दया करो, कमेंट वाले विद्वान बाई बन के ना बनया करो। इंटरव्यू चंगी लगी कमेंट करके जरूर दस दिए, बहुत बहुत धन्यवाद, देखते रहो कैंट पंजाबी।